ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਐਗਜ਼ਾਮ ਚਾਹੇ ਪੀਐਸਟੈਟ ਹੋਵੇ ਜਾਂ ਸੀਟੈਟ ਹੋਵੇ ਉਸ ਦੀ ਤਿਆਰੀ ਵੀ ਵਧੀਆ ਜਾਰੀ ਹੋਏਗੀ ਸੋ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਈਵੀਐਸ ਨੂੰ ਕੰਟੀਨਿਊ ਕਰਾਂਗੇ ਜੀ ਇਹ ਅੱਜ ਦਾ ਸਾਡਾ ਈਵੀਐਸ ਦਾ ਜੋ ਟੋਟਲ 17ਵਾਂ ਪਾਰਟ ਹੈਗਾ ਇਸ ਤੋਂ ਪਹਿਲਾਂ ਅਸੀਂ ਥਿਊਰੀ ਦੇ ਈਵੀਐਸ ਦੇ 16 ਪਾਰਟ ਕਵਰ ਕਰ ਚੁੱਕੇ ਹਾਂ ਤੇ ਨਾਲ ਦੀ ਨਾਲ ਜੋ EBS ਪੈਡਾਗੋਜੀ ਹੈ ਸਾਡੀ ਉਹ ਵੀ ਕੰਟੀਨਿਊ ਹੈ ਜਿਸ ਦਾ ਵੀ ਇੱਕ ਪਾਰਟ ਆਪਣਾ ਹੋ ਚੁੱਕਿਆ ਹੈਗਾ ਸੋ ਅਗਰ ਤੁਸੀਂ ਉਹ ਪਹਿਲਾਂ ਵਾਲੇ 16 ਪਾਰਟ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਲਿੰਕ ਆ ਰਿਹਾ ਹੋਏਗਾ ਉਹ ਪਾਰਟ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਇਸ ਚੈਨਲ ਦੇ ਉੱਪਰ CDP ਇੰਗਲਿਸ਼ ਪੈਡਾਗੋਜੀ ਅ ਇਸ ਤੋਂ ਇਲਾਵਾ ਮੈਥਮੈਟਿਕਸ ਸੋ ਸਭ ਕੁਝ ਕੰਟੀਨਿਊ ਹੈ ਜੀ ਅ CDP ਐਂਡ ਇੰਗਲਿਸ਼ ਪੈਡਾਗੋਜੀ ਤਾਂ ਕੰਪਲੀਟ ਹੋ ਚੁੱਕੀ ਹੈ ਤੋਂ EBS ਜਿਹੜਾ ਹੈਗਾ ਤੇ ਨਾਲ ਨਾਲ ਮੈਥ ਉਹ ਆਪਣਾ ਸਟਾਰਟ ਕੀਤਾ ਹੋਇਆ ਹੁਣ ਸੋ ਬਹੁਤ ਸਾਰਾ ਪੋਰਸ਼ਨ ਅਜੇ ਤੱਕ ਸੀ ਕੰਪਲੀਟ ਕਰ ਚੁੱਕੇ ਆ ਸੋ ਬੜਾ ਹੀ ਇੰਪੋਰਟੈਂਟ ਜਿਹੜੀ ਕਲਾਸ ਰਹਿਣ ਵਾਲੀ ਆ ਤੁਹਾਡੇ ਲਈ ਸਪੈਸ਼ਲੀ 7ਵਾਂ 8ਵਾਂ ਤੇ 19ਵਾਂ ਪਾਠ ਸੋ 7ਵਾਂ ਅਸੀਂ ਅੱਜ ਸਟਾਰਟ ਕਰਾਂਗੇ ਕਿਉਂਕਿ ਸਾਰਾ ਕੁਝ এনवायरमेंट ਦੇ ਨਾਲ ਰਿਲੇਟਡ ਐਂਡ ਈਵੀਐਸ ਈਵੀਐਸ ਦਾ ਮਤਲਬ ਹੀ ਹੈ ਨਾ এনवायरमेंट ਦੀ ਸਟਡੀ ਤਾਂ ਕਰਕੇ ਕਾਫੀ ਇੰਪੋਰਟੈਂਟ ਜਿਹੜਾ ਇਹ ਪੋਰਸ਼ਨ ਰਹਿਣ ਵਾਲਾ ਇਹਦੇ ਵਿੱਚੋਂ ਕਾਫੀ ਜਿਹੜੇ ਮਾਰਕਸ ਆ ਪੇਪਰ ਆਪਾਂ ਨੂੰ ਅ ਮਾਰਕਸ ਜਿਹੜੇ ਹੈਗੇ ਨੇ ਉਹ ਕੁਐਸਚਨ ਆਪਾਂ ਨੂੰ ਦੇਖਣ ਨੂੰ ਮਿਲਣਗੇ ਆਪਣੇ ਪੇਪਰ ਦੇ ਵਿੱਚ ਸੋ ਚਲੋ ਜੀ ਸਟਾਰਟ ਕਰਦੇ ਹਾਂ ਸੋ ਵਾਤਾਵਰਨ ਨੂੰ ਪੜਨ ਤੋਂ ਪਹਿਲਾਂ ਆਪਾਂ ਡਾਇਰੈਕਟ ਦੇਖ ਲੈਨੇ ਆ ਲੇਅਰਸ ਆਫ ਐਟਮੋਸਫੀਅਰ ਲੇਟਰਨ ਵਾਤਾਵਰਨ ਦੀ ਤੁਹਾਨੂੰ ਆਪਣੇ ਆਪ ਡੈਫੀਨੀਸ਼ਨ ਕਲੀਅਰ ਹੋ ਜੇਗੀ ਡਿਊਰਿੰਗ ਦਾ ਕਲਾਸ ਕਲਾਸ ਚਲਦੀ ਚਲਦੀ ਸੋ ਸਭ ਤੋਂ ਪਹਿਲਾਂ ਜੋ ਆਪਣਾ ਵਾਯੂਮੰਡਲ ਹੈ ਜੀ ਠੀਕ ਹੈ ਜਿੱਥੇ ਆਪਾਂ ਰਹਿ ਰਹੇ ਹਾਂ ਧਰਤੀ ਆਪਣੀ ਠੀਕ ਹੈ ਜਦ ਜ਼ਮੀਨ ਹੈ ਤਾਂ ਇਹਦੇ ਉੱਪਰ ਜਿਹੜਾ ਹੈਗਾਗਾ ਜਿਹਦੇ ਵਿੱਚ ਬੱਦਲ ਨੇ ਠੀਕ ਹੈ 에어로ਪਲੇਨ ਉੜਦੇ ਨੇ 오존 ਲੇਅਰ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਸੋ ਇਹਨਾਂ ਨੂੰ ਅਸੀਂ ਬੋਲਦੇ ਆ ਵਾਯੂਮੰਡਲ ਐਟਮੋਸਫੀਅਰ ਹੁਣ ਇਸ ਬਾਜੂ ਮੰਡਲ ਦੀਆਂ ਬਹੁਤ ਸਾਰੀਆਂ ਪਰਤਾਂ ਹੁੰਦੀਆਂ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਾਂਗੇ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਸੇ ਬਲੂ ਕਲਰ ਦੇ ਵਿੱਚ ਬਿਲਕੁਲ ਨੀਚੇ ਜੀ ਆਹਲੀ ਜਗ੍ਹਾ ਤੇ ਬਲੂ ਕਲਰ ਦੇ ਵਿੱਚ ਇਹ ਆਪਣੀ ਅਰਥ ਹੈ ਜਿਵੇਂ ਜਿਵੇਂ ਆਪਾਂ ਅਰਥ ਤੋਂ ਉੱਪਰ ਨੂੰ ਜਾਵਾਂਗੇ ਤਾਂ ਜੋ ਆਪਾਂ ਨੂੰ ਵਕ ਵਕ ਜੋ ਲੇਅਰਸ ਨੇ ਉਹ ਦੇਖਣ ਨੂੰ ਮਿਲਦਗੀਆਂ ਤਾਂ ਸਭ ਤੋਂ ਪਹਿਲੀ ਲੇਅਰ ਦੇਖੋ ਕਿਹੜੀ ਹੈ ਸਭ ਤੋਂ ਪਹਿਲੀ ਲੇਅਰ ਦਾ ਨਾਮ ਹੈ ਜੀ ਟ੍ਰੋਪੋਸਫੀਅਰ ਦੇਖੋ ਇੱਥੇ ਮੈਂ ਨਾਲ ਦੀ ਨਾਲ ਕੁਛ ਨਾ ਕੁਛ ਪੁਆਇੰਟ ਲਿਖ ਦਿੰਨਾਗਾ ਸੋ ਕਿਉਂਕਿ ਇਧਰ ਡਾਇਰੈਕਟ ਜੋ ਵੀ ਲਿਖਿਆ ਹੋਇਆ ਜੀ ਉਹ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆਗਾ ਹਾਲਾਂਕਿ ਪੰਜਾਬੀ ਦੇ ਵਿੱਚ ਵੀ ਇਹਨੂੰ ਇਦਾਂ ਹੀ ਕਹਾਂਗੇ ਅਸੀਂ ਪਰ ਫਿਰ ਵੀ ਮੈਂ ਇੱਕ ਵਾਰ ਦੁਬਾਰਾ ਲਿਖ ਦਿੰਨਾਗਾ ਤੁਹਾਡੇ ਲਈ ਸੋ ਇੱਥੇ ਬਿਲਕੁਲ ਨੀਚੇ ਆਪਾਂ ਇਹਦੇ ਸਾਹਮਣੇ ਲਿਖ ਦਿੰਨੇ ਆ ਸੋ ਸਭ ਤੋਂ ਪਹਿਲੀ ਲੇਅਰ ਦਾ ਨਾਮ ਹੈ ਜੀ ਟਰੋਪੋਸਫੀਅਰ ਠੀਕ ਹੈ ਪੰਜਾਬੀ ਵਾਲੇ ਜੋ ਸਟੂਡੈਂਟ ਨੇ ਨੋਟ ਕਰ ਸਕਦੇ ਨੇ ਟਰੋਪੋਸਫੀਅਰ ਸੋ ਪੇਪਰ ਦੇ ਵਿੱਚ ਜਿੰਨੇ ਵੀ ਐਗਜ਼ਾਮ ਦੇ ਵਿੱਚ ਕੁਐਸਚਨ ਆਏ ਨੇ ਉਹਦੇ ਵਿੱਚ ਟਰੋਪੋਸਫੀਅਰ ਨੂੰ ਇਦਾਂ ਹੀ ਲਿਖਿਆ ਆਉਂਦਾ ਪੇਪਰ ਦੇ ਵਿੱਚ ਟਰੋਪੋਸਫੀਅਰ ਸੋ ਇਹਦੇ ਵਿੱਚ ਕੀ ਕਹਾਣੀ ਹੈ ਜੀ ਸਭ ਤੋਂ ਪਹਿਲੀ ਗੱਲ ਤਾਂ ਇਹਦੀ ਜੋ ਦੂਰੀ ਹੈ ਉਹ ਧਰਤੀ ਤੋਂ ਸਟਾਰਟ ਹੋ ਜਾਂਦੀ ਹੈ ਠੀਕ ਹੈ ਉੱਪਰ ਕਿੰਨੀ ਦੂਰ ਤੱਕ ਜਾਂਦੀ ਹੈ 12 ਕਿਲੋਮੀਟਰ ਕਈ ਬੁੱਕਸ ਤੇ ਥੋੜਾ ਵੇਰੀਏਸ਼ਨ ਹੁੰਦਾ ਕਈ ਤੇ 11 ਲਿਖਿਆ ਹੁੰਦਾ 10 ਲਿਖਿਆ ਹੁੰਦਾ ਠੀਕ ਹੈ 13 ਲਿਖਿਆ ਹੁੰਦਾ ਸੋ ਤੁਸੀਂ ਟੈਨਸ਼ਨ ਨਹੀਂ ਲੈਣੀ ਇੱਥੇ ਜੋ ਵੀ ਡਾਟਾ ਹੈ ਔਥੈਂਟਿਕ ਹੈ ਸੋ ਅਪ ਟੂ 0 ਤੋਂ 12 ਕਿਲੋਮੀਟਰ ਜਿਹੜਾ ਹੈਗਾਗਾ ਉਹ ਟਰੋਪੋਸਫੀਅਰ ਹੈ ਜੀ ਠੀਕ ਹੈ ਧਰਤੀ ਤੋਂ ਲੈ ਕੇ ਉੱਪਰ ਜਿੱਦੋਂ ਅਸੀਂ ਜਾਂਦੇ ਹਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ ਦੇਖੋ ਇੱਥੇ ਬੱਦਲ ਬਣਾਉਣ ਦੀ ਕੋਸ਼ ਸੋ ਕਲਾउड ਨੇ ਜੀ ਬੱਦਲ ਸੋ ਆਪਾਂ ਨੂੰ ਪਤਾ ਹੈ ਕਿ ਜੋ ਆਪਣੇ ਕਲਾउड ਨੇ ਬੱਦਲ ਨੇ ਉਹ ਕਿਹੜੀ ਲੇਅਰ ਦੇ ਵਿੱਚ ਹੁੰਦੇ ਨੇ ਉਹ ਪਹਿਲੀ ਲੇਅਰ ਦੇ ਵਿੱਚ ਹੀ ਆ ਜਾਂਦੇ ਨੇ ਟ੍ਰੋਪੋਸਫੀਅਰ ਦੇ ਵਿੱਚ ਇਸ ਤੋਂ ਇਲਾਵਾ ਜਿੰਨੇ ਐਨੀ ਜੋ ਵਰਡਸ ਨੇ ਪੰਛੀ ਨੇ ਜਿਹੜੇ ਉੱਡਦੇ ਨੇ ਹਨਾ ਉਹ ਵੀ ਟ੍ਰੋਪੋਸਫੀਅਰ ਦੇ ਵਿੱਚ ਹੀ ਆ ਜਾਣਗੇ ਸੋ ਟ੍ਰੋਪੋਸਫੀਅਰ ਤੁਸੀਂ ਇੱਕ ਦੋ ਪੁਆਇੰਟ ਯਾਦ ਰੱਖਣੇ ਆ ਬਸ ਕਿ ਟ੍ਰੋਪੋਸਫੀਅਰ ਜਿਹੜੀ ਹੈਗੀ ਹੈ ਜੇ ਉਹ ਸਭ ਤੋਂ ਹੇਠਲੀ ਪਰਤ ਹੁੰਦੀ ਹੈ ਠੀਕ ਹੈ ਧਰਤੀ ਦੇ ਨਾਲ ਲੱਗਦੀ ਇਹਦੀ ਜੋ ਦੂਰੀ ਹੈ ਉਹ 0 ਤੋਂ 12 ਕਿਲੋਮੀਟਰ ਤੱਕ ਫੈਲੀ ਹੁੰਦੀ ਹੈ ਉੱਪਰ ਕਈ ਜਗ੍ਹਾ ਤੇ ਲੈਟੀਟਿਊਡ ਐਟੀਟਿਊਡ ਦੇ ਫਰਕ ਨਾਲ ਥੋੜਾ ਬਹੁਤਾ ਵੇਰੀਏਸ਼ਨ ਆ ਜਾਂਦਾ ਹੈਗਾ ਸੋ ਇਥੇ ਮੈਂ ਐਵਰੇਜ ਦਾ ਡਾਟਾ ਲਿਖਿਆ 0 ਤੋਂ 12 ਕਿਲੋਮੀਟਰ ਸੋ ਇਹਦੇ ਵਿੱਚ ਬੱਦਲ ਵਗੈਰਾ ਹੁੰਦੇ ਨੇ ਠੀਕ ਹੈ ਜੋ ਵਰਡਸ ਨੇ ਪੰਛੀ ਨੇ ਫਲਾਈ ਕਰਦੇ ਨੇ ਸੋ ਇਨਾਂ ਕ ਪੁਆਇੰਟ ਕਾਫੀ ਸ਼ਫੀਸ਼ੀਐਂਟ ਹੈ ਤੁਹਾਡੇ ਪੇਪਰ ਦੇ ਲਈ ਇਸ ਤੋਂ ਬਾਅਦ ਆਪਾਂ ਸੈਕੰਡ ਲੇਅਰ ਦੀ ਗੱਲ ਕਰਦੇ ਹਾਂ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹ ਹੈਗਾ ਜੀ ਸਟੈਟੋਸਫੀਅਰ ਠੀਕ ਹੈ ਇਹਨੂੰ ਕਿਵੇਂ ਲਿਖਣਾਗਾ ਉਹ ਵੀ ਆਪ ਮੈਂ ਨਾਲ ਤੈਨੂੰ ਬੋਲਾਂਗੇ ਅਸੀਂ ਸਟ੍ਰੈਟੋਸਫੀਅਰ ਸੋ ਪੰਜਾਬੀ ਵਾਲੇ ਸਟੂਡੈਂਟ ਕਾਈਂਡਲੀ ਨੋਟ ਕਰ ਲਓ ਇਹਨੂੰ ਸਟੈਟੋ ਸਟ੍ਰੈਟੋਸਫੀਅਰ ਠੀਕ ਹੈ ਥੋੜਾ ਜਿਹਾ ਪੰਜਾਬੀ ਦੇ ਵਿੱਚ ਕਿਉਂਕਿ ਨਾਮ ਥੋੜੇ ਜਿਹਾ ਕਨਫਿਊਜ਼ਿੰਗ ਨੇ ਸਟੈਟੋਸਫੀਅਰ ਸੈਕੰਡ ਲੇਅਰ ਆ ਗਈ ਆਪਣੀ ਅੱਛਾ ਇਹਦੀ ਖਾਸ ਗੱਲ ਕੀ ਹੈ ਜੀ ਹੁਣ ਉਹ ਨੋਟ ਕਰ ਲਓ 12 ਤੋਂ 50 ਕਿਲੋਮੀਟਰ ਤੱਕ ਇਹ ਹੁੰਦੀ ਹੈ 12 ਤੋਂ ਸਟਾਰਟ ਹੋ ਜਾਂਦੀ ਹੈ ਉਸ ਤੋਂ ਬਾਅਦ ਅਪ ਟੂ 50 ਕਿਲੋਮੀਟਰ ਹੀ ਰਹਦੀ ਹੈ ਇਹਦੇ ਵਿੱਚ ਜਿਸ ਤਰ੍ਹਾਂ ਆਪਣੇ ਜੋ ਆ ਏਰੋਪਲੇਨ ਵਗੈਰਾ ਨੇ ਨਾਰਮਲੀ ਜੋ ਬੱਚੇ ਆ ਬਾਹਰ ਜਾਂਦੇ ਨੇ ਹਨਾ ਫੋਰਨ ਜਾਂਦੇ ਨੇ ਮਤਲਬ ਜਾਂ ਜੋ ਵੀ ਏਰੋਪਲੇਨ ਦੇ ਵਿੱਚ ਜਾਂਦਾ ਹੈਗਾ ਤੋਂ ਨਾਰਮਲੀ ਉਹ ਹਮੇਸ਼ਾ ਹੀ ਗੱਲਾਂ ਕਰਦੇ ਨੇ ਕਿ ਬੱਦਲ ਦਿਖਦੇ ਨੇ ਹਨਾ ਤਾਂ ਇਹਦਾ ਮਤਲਬ ਜਸਟ ਜਿਹੜਾ ਟ੍ਰੋਪੋਸਫੀਅਰ ਦੇ ਉੱਪਰ ਤੇ ਹੀਟਲੇ ਸਟੈਟੋਸਫੀਅਰ ਦੇ ਵਿੱਚ ਮਤਲਬ ਉਹ ਪਲੇਨ ਉੱਡ ਰਿਹਾ ਹੁੰਦਾ ਉਦੋਂ ਤਾਂ ਇਹਦੇ ਵਿੱਚ ਨਾਰਮਲੀ ਪਲੇਨ ਵਗੈਰਾ ਉੱਡਦੇ ਨੇ ਇਸ ਤੋਂ ਇਲਾਵਾ ਇੱਕ ਬਹੁਤ ਇੰਪੋਰਟੈਂਟ ਚੀਜ਼ ਓਜ਼ੋਨ ਜੋ ਕਿ ਆਪਣਾ ਨੈਕਸਟ ਸਲਾਈਡ ਦੇ ਵਿੱਚ ਟੌਪਿਕ ਆਊਗਾ ਜਿਸ ਦੀ ਆਪਾਂ ਗੱਲ ਕਰਾਂਗੇ ਇੱਕ ਪਰਤ ਹੁੰਦੀ ਹੈ ਜੀ ਜਿਹਦਾ ਨਾਮ ਹੈ ਓਜ਼ੋਨ ਪਰਤ ਸੋ ਇਹ ਵਾਲੀ ਓਜ਼ੋਨ ਪਰਤ ਵੀ ਸਟੈਟੋਸਫੀਅਰ ਦੇ ਵਿੱਚ ਹੁੰਦੀ ਹੈ ਜਿਹੜੀ ਕਿ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਸੂਰਜ ਤੋਂ ਆਉਣ ਵਾਲੇ ਹਾਨੀਕਾਰਕ ਕਿਰਨਾਂ ਨੂੰ ਰੋਕਦੀ ਹੈ ਸੋ ਇਹਦੀ ਸਾਰੀ ਗੱਲ ਆਪਾਂ ਕਰਾਂਗੇ ਜੀ ਅਗਲੀ ਸਲਾਈਡ ਦੇ ਵਿੱਚ ਸੋ ਇੱਥੇ ਤੁਸੀਂ ਯਾਦ ਰੱਖਣਾ ਕਿ ਸਟੈਟੋਸਫੀਅਰ ਦੇ ਵਿੱਚ ਕਿਹੜੀ ਪਰਤ ਹੁੰਦੀ ਹੈ ਓਜ਼ੋਨ ਪਰਤ ਠੀਕ ਹੈ ਤੁਸੀਂ ਨੋਟ ਕਰ ਸਕਦੇ ਹੋ ਪੰਜਾਬੀ ਦੇ ਵਿੱਚ ਅਗਰ ਲਿਖਣਾ ਤੁਸੀਂ ਤਾਂ ਮੈਂ ਲਿਖ ਦਿੰਨਾ ਤੇ ਇਹਨੂੰ ਕਹਾਂਗੇ ਅਸੀਂ ਓਜ਼ੋਨ ਠੀਕ ਹੈ ਓਜ਼ੋਨ ਪਰਤ ਸੋ ਇਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਮੀਸੋਸਫੀਅਰ ਤਾਂ ਮੀਸੋਸਫੀਅਰ ਦਾ ਜੋ ਦਾਇਰਾ ਜੀ ਉਹ 50 ਤੋਂ 80 ਕਿਲੋਮੀਟਰ ਆ ਗਿਆ ਠੀਕ ਹੈ ਮੀਸੋਸਫੀਅਰ 50 ਟੂ 80 ਕਿਲੋਮੀਟਰ ਸੋ ਆਪਾਂ ਇੱਥੇ ਲਿਖ ਲੈਣੇ ਆ ਜੀ ਸੋ ਮੈਂ ਲਿਖ ਲੈਣੇ ਇੱਥੇ ਪਹਿਲਾਂ ਤਾਂ ਮੀਸੋਸਫੀਅਰ ਠੀਕ ਹੈ ਥਰਡ ਤੇ ਆਪਾਂ ਪਹੁੰਚ ਗਏ ਮੀਜ਼ੋਸਫੀਅਰ ਮੀਜ਼ੋਸਫੀਅਰ ਠੀਕ ਹੈ ਇਹਦੀ 50 ਤੋਂ 80 ਕਿਲੋਮੀਟਰ ਹਾਈਟ ਹੈ ਤਾਂ ਇਹਦੇ ਵਿੱਚ ਨਾਰਮਲੀ ਦੇਖੋ ਮੇਨਲੀ ਕੀ ਆ ਰਿਹਾ ਫੋਟੋਆਂ ਤੁਸੀਂ ਦੇਖ ਸਕਦੇ ਹੋ ਮੈਟਿਓਰਸ ਇਹਨਾਂ ਨੂੰ ਬੋਲ ਦਿੰਨੇ ਆਪਾਂ ਤੇ ਇੱਥੇ ਮੈਂ ਲਿਖ ਦਿੰਨਾਗਾ ਇਹ ਅਸਲ ਦੇ ਵਿੱਚ ਨਾ ਛੋਟੇ-ਛੋਟੇ ਮੈਟਰ ਤੋਂ ਮਿਲ ਕੇ ਚੀਜ਼ਾਂ ਬਣੀਆਂ ਨੇ ਜਿਵੇਂ ਛੋਟੇ-ਛੋਟੇ ਪੱਥਰ ਲਾ ਲੋ ਠੀਕ ਹੈ ਆਮ ਸ਼ਬਦਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਮੈਟਿਓਰਸ ਇਹਨਾਂ ਨੂੰ ਕਹਾਂਗੇ ਅ ਜੋ ਕਿ ਆਉਟਰ ਸਪੇਸ ਤੋਂ ਮਤਲਬ ਬਾਰੀ ਸਪੇਸ ਤੋਂ ਧਰਤੀ ਵੱਲ ਆਉਂਦੇ ਨੇ ਠੀਕ ਹੈ ਉਹਨਾਂ ਨੂੰ ਮੈਟਿਓਰਸ ਬੋਲੇ ਜਾਂਦਾ ਹੈਗਾ ਇਦਾਂ ਤੁਸੀਂ ਲਿਖ ਸਕਦੇ ਹੋ ਓ ਆਰ ਐਸ ਲਿਖਿਆ ਹੋਇਆ ਹੈਗਾ ਤਾਂ ਅਸਲ ਦੇ ਵਿੱਚ ਦੇਖੋ ਇਹਨਾਂ ਨੂੰ ਕੀ ਹੁੰਦਾ ਜੀ ਜਦੋਂ ਇਹ ਮੀਜ਼ੋਸਫੀਅਰ ਦੇ ਵਿੱਚ ਆ ਜਾਂਦੇ ਹਨ ਨਾ ਤਾਂ ਇਹਨਾਂ ਨੂੰ ਅੱਗ ਵਗੈਰਾ ਲੱਗ ਜਾਂਦੀ ਹੈ ਮਤਲਬ ਉਸ ਤੋਂ ਬਾਅਦ ਇਹ ਬਹੁਤੇ ਇਹਨਾਂ ਦੇ ਵਿੱਚੋਂ ਕਹਿ ਲਓ ਮਤਲਬ ਛੱਡ ਜਾਂਦੇ ਨੇ ਦਾ ਬੋਲਦੇ ਹੋ ਤਾਂ ਇਹਦੇ ਵਿੱਚ ਕੀ ਹੁੰਦਾ ਜੀ ਮੈਟਿਓਰਸ ਇਹਦੇ ਵਿੱਚ ਮੇਨ ਆ ਜਾਂਦਾ ਹੈਗਾ ਕਿ ਕਈ ਵਾਰ ਪੇਪਰ ਦੇ ਵਿੱਚ ਪੁੱਛ ਲੈਂਦੇ ਨੇ ਅ ਇਸ ਤੋਂ ਬਾਅਦ ਗੱਲ ਆ ਗਈ ਥਰਮੋਸਫੀਅਰ ਦੀ ਠੀਕ ਹੈ ਥਰਮੋਸਫੀਅਰ ਥਰਮੋਸਫੀਅਰ 800 ਤੋਂ ਲੈ ਕੇ 700 ਕਿਲੋਮੀਟਰ ਦੀ ਐਵਰੇਜ ਆ ਗਿਆ ਜਸਟ ਮੀਸੋਸਫੀਅਰ ਦੇ ਉੱਪਰ ਆਏਗਾ ਆਪਣਾ ਥਰਮੋਸਫੀਅਰ ਤਾਂ ਥਰਮੋਸਫੀਅਰ ਦੇ ਵਿੱਚ ਬਹੁਤ ਸਾਰੇ ਦੇਖੋ ਆਇਨਸ ਵਗੈਰਾ ਹੁੰਦੇ ਨੇ ਇਦਾਂ ਲਿਖ ਦਿੰਨਾ ਮੈਂ ਆਇਨਸ ਵਗੈਰਾ ਮਤਲਬ ਜੋ ਵੀ ਕੈਮੀਕल्स ਨੇ ਬਹੁਤੇ ਉਹ ਆਇੋਨਾਈਜ਼ਡ ਹੋ ਜਾਂਦੇ ਨੇ ਆਇਨ ਦੀ ਫਾਰਮ ਦੇ ਵਿੱਚ ਆ ਜਾਂਦੇ ਨੇ ਹੈਨਾ ਆਇਨਾ ਵਿੱਚ ਟੁੱਟ ਜਾਂਦੇ ਨੇ ਇਦਾਂ ਕਹਿ ਲਓ ਤਾਂ ਥਰਮੋਸਫੀਅਰ ਆ ਗਿਆ ਇਹ ਐਂਡ ਲਾਸਟ ਆਪਣਾ ਆ ਗਿਆ ਜੀ ਐਕਜ਼ੋਸਫੀਅਰ ਸੋ ਥਰਮੋਸਫੀਅਰ ਦੇਖੋ ਮੇਰੇ ਅਕੋਰਡਿੰਗ ਹੁਣ ਤੁਸੀਂ ਸਾਰੇ ਲਿਖ ਹੀ ਲਓਗੇ ਕਿ ਬਹੁਤਾ ਘੱਟ ਔਖਾ ਨਹੀਂ ਹੈਗਾ ਪੰਜਾਬੀ ਦੇ ਵਿੱਚ ਇਹਨਾਂ ਨੂੰ ਲਿਖਣਾ ਥਰਮੋਸਫੀਅਰ ਨੂੰ ਇਦਾਂ ਲਿਖੋਗੇ ਅਤੇ ਲਾਸਟ ਆਪਣਾ ਆ ਗਿਆ ਈ ਐਕਸੋ ਐਕਜ਼ੋਸਫੀਅਰ ਠੀਕ ਹੈ ਈ ਐਕਸੋ ਐਕਜ਼ੋਸਫੀਅਰ ਲਾਸਟ ਵਾਲਾ ਸੋ ਇਹ ਤੁਸੀਂ ਲਿਖ ਲੈਣਾ ਹੈਗਾ ਸੋ ਜੋ ਆਪਣੇ ਨਾਰਮਲੀ ਸੈਟਲਾਈਟ ਵਗੈਰਾ ਹੁੰਦੇ ਨੇ ਨਾ ਤਾਂ ਨਾਰਮਲੀ ਆਪਣੇ ਬਿਲਕੁਲ ਆਊਟਰ ਲੇਅਰ ਦੇ ਵਿੱਚ ਆ ਜਾਂਦੇ ਨੇ ਆਊਟਰ ਲੇਅਰ ਜਿਵੇਂ ਆਪਣੀ ਆ ਗਈ ਐਕਜ਼ੋਸਫੀਅਰ ਐਂਡ ਥਰਮੋਸਫੀਅਰ ਤਾਂ ਬਹੁਤ ਸਾਰੇ ਸੈਟੇਲਾਈਟ ਜਨਰਲੀ ਐਕਸੋਸਫੀਅਰ ਦੇ ਵਿੱਚ ਹੁੰਦੇ ਨੇ ਕੁਝ ਥਰਮੋਸਫੀਅਰ ਦੇ ਵਿੱਚ ਵੀ ਹੋ ਸਕਦੇ ਨੇ ਸੋ ਜੋ ਸੈਟੇਲਾਈਟ ਵਗੈਰਾ ਆਗੇ ਜੀ ਉਹ ਆਪਰ ਲੇਅਰ ਦੇ ਵਿੱਚ ਆਗੇ ਸੋ ਹੋਪਫੁਲੀ ਤੁਹਾਨੂੰ ਇਹ ਬਾਜੂ ਮੰਡਲ ਦੀਆਂ ਜੋ ਪਰਤਾਂ ਨੇ ਸਮਝ ਆ ਗਈਆਂ ਹੋਣਗੀਆਂ ਸੋ ਇੱਥੇ ਹੀ ਕੁਐਸਚਨ ਜਿਹੜਾ ਬਣੂਗਾ ਜਿੰਨਾ ਕਿ ਮੈਂ ਤੁਹਾਨੂੰ ਦੱਸ ਤਾ ਇਸੋ ਬਾਰ ਨਹੀਂ ਬਣੂਗਾ ਸੋ ਨਾਰਮਲੀ ਕੀ ਹੁੰਦਾ ਜਿਵੇਂ ਜਿਵੇਂ ਆਪਾਂ ਉੱਪਰ ਜਾਂਦੇ ਹਾਂ ਜਿਵੇਂ ਦੇਖੋ ਇੱਥੇ ਆਪਣੀ ਧਰਤੀ ਹੈ ਧਰਤੀ ਤੋਂ ਜਦੋਂ ਆਪਾਂ ਟਰੋਪੋਸਫੀਅਰ ਦੇ ਵਿੱਚ ਉੱਪਰ ਨੂੰ ਜਾਂਦੇ ਹਾਂ ਤਾਂ ਜੋ ਟੈਂਪਰੇਚਰ ਹੈ ਨਾ ਉਹ ਨਾਰਮਲੀ ਘਟਦਾ ਹੈ ਜੀ ਟੈਂਪਰੇਚਰ ਕੀ ਹੁੰਦਾ ਡਾਉਨ ਫਾਲ ਹੁੰਦਾ ਥੋੜਾ ਘਟਦਾ ਠੀਕ ਹੈ ਅਰਥ ਨਾਲੋਂ ਪਰ ਜਿਵੇਂ ਜਿਵੇਂ ਉਸ ਤੋਂ ਬਾਅਦ ਅਸੀਂ ਸਟੈਟੋਸਫੀਅਰ ਤੋਂ ਲੈ ਕੇ ਉੱਪਰ ਜਾਈ ਜਾਂਦੇ ਆ ਤਾਂ ਇਸ ਤੋਂ ਬਾਅਦ ਕਿਉਂਕਿ ਬੱਦਲ ਵਗੈਰਾ ਨਹੀਂ ਹੈਗੇ ਸੂਰਜ ਦਾ ਇਫੈਕਟ ਜ਼ਿਆਦਾ ਹੈਗਾ ਸੋ ਸਨ ਜਿਹੜਾ ਹੈਗਾ ਉਹ ਨੇੜੇ ਆ ਗਿਆ ਤਾਂ ਜੋ ਟੈਂਪਰੇਚਰ ਹੈ ਉਹ ਇਨਕਰੀਜ਼ ਹੁੰਦਾ ਟੈਂਪਰੇਚਰ ਵੱਧਦਾ ਜਾਂਦਾ ਹੈਗਾ ਸੋ ਇੱਕ ਵਾਰ ਘਟਦਾ ਠੀਕ ਹੈ ਟ੍ਰੋਪੋਸਫੀਅਰ ਦੇ ਟਾਪ ਤੱਕ ਉਸ ਤੋਂ ਬਾਅਦ ਫਿਰ ਉਹ ਸਟੈਟੋਸਫੀਅਰ ਦੇ ਤੋਂ ਲੈ ਕੇ ਫਿਰ ਉੱਪਰ ਤੱਕ ਜਿਹੜਾ ਹੈਗਾ ਉਹ ਵੱਧਦਾ ਜਾਂਦਾ ਹੈਗਾ ਸੋ ਇੰਨਾ ਕਿ ਇਹਦੇ ਵਿੱਚੋਂ ਕੋਈ ਬਹੁਤਾ ਜ਼ਿਆਦਾ ਹੈ ਨਹੀਂਗਾ ਕੁਝ ਬਸ ਤੁਸੀਂ ਇਹ ਤਾਂ ਸੀਕੁਐਂਸ ਯਾਦ ਰੱਖਣੀ ਹੈ ਪੇਪਰ ਦੇ ਵਿੱਚ ਕੁਐਸਚਨ ਆ ਜਾਂਦੇ ਆ ਕਿ ਸਭ ਤੋਂ ਹੇਠਲੀ ਜੋ ਵਾਯੂਮੰਡਲ ਦੀ ਪਰਤ ਹੈ ਠੀਕ ਹੈ ਉਹਨੂੰ ਕੀ ਬੋਲਦੇ ਹਾਂ ਅਸੀਂ ਤਾਂ ਉਹਦਾ ਨਾਮ ਆ ਜਾਊਗਾ ਜੀ ਟ੍ਰੋਪੋਸਫੀਅਰ ਵਾਯੂਮੰਡਲ ਇੱਕ ਤਰ੍ਹਾਂ ਦਾ ਐਟਮੋਸਫੀਅਰ ਹੁੰਦਾ ਹੈਗਾ ਕਿ ਸਾਡੇ ਆਲੇ ਦੁਆਲੇ ਕਾਫੀ ਮਤਲਬ ਗੈਸਾਂ ਵਗੈਰਾ ਨੇ ਠੀਕ ਹੈ ਬਲੈਂਕ ਟੌਪ ਗੈਸਸੇਸ ਹੈ ਤਾਂ ਉਸੇ ਨੂੰ ਅਸੀਂ ਬੋਲ ਦਿੰਨੇ ਐਟਮੋਸਫੀਅਰ ਤਾਂ ਇਸ ਤੋਂ ਬਾਅਦ ਕਿਹੜੀ ਲੇਅਰ ਹੈ ਟ੍ਰੋਪੋ ਤੋਂ ਬਾਅਦ ਸਟੈਟੋ ਹੈ ਸੈਟੋ ਤੋਂ ਬਾਅਦ ਮੀਜ਼ੋ ਹੈ ਮਿਜ਼ੋਥਰਮੋ ਆ ਜਾਏਗਾ ਲਾਸਟੇ ਕੀ ਆ ਜਾਏਗਾ ਐਕਸੋ ਆ ਜਾਏਗਾ ਤਾਂ ਕਿਹੜੀ ਚੀਜ਼ ਕਿਦੇ ਵਿੱਚ ਹੁੰਦੀ ਹੈ ਜਿਵੇਂ ਕੁਐਸਚਨ ਆ ਸਕਦੇ ਕਿ ਓਜ਼ੋਨ ਲੇਅਰ ਆ ATMOSPHERE ਦੀ ਕਿਹੜੀ ਲੇਅਰ ਦੇ ਵਿੱਚ ਪਾਈ ਜਾਂਦੀ ਹੈ ਤਾਂ ਉਹ ਤੁਹਾਨੂੰ ਪਤਾ ਹੋਵੇ ਕਿ ਸਟੈਟੋਸਫੀਅਰ ਠੀਕ ਹੈ ਬਸ ਇਨਾ ਕੰਮ ਸੀ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਹੈਗਾ ਲੇਅਰ ਆਫ ATMOSPHERE ਦੇ ਵਿੱਚ ਹਾਂਜੀ ਨੈਕਸਟ ਆਪਾਂ ਗੱਲ ਕਰਾਂਗੇ ਓਜ਼ੋਨ ਲੇਅਰ ਦੀ ਓਜ਼ੋਨ ਪਰਤੀ ਜਿਸ ਦੀ ਆਪਾਂ ਗੱਲ ਕੀਤੀ ਸੀ ਕਿ ਜੋ ਸਾਡੀ ਓਜ਼ੋਨ ਲੇਅਰ ਹੈ ਇੱਕ ਕਾਰੇ ਵਿੱਚ ਪਾਈ ਜਾਂਦੀ ਹੈ ਪਹਿਲੀ ਗੱਲ ਤਾਂ ਟ੍ਰੋਪੋਸਫੀਅਰ ਦੇ ਵਿੱਚ ਇੱਕ ਪਰਤ ਹੁੰਦੀ ਹੈ ਜਿਸ ਨੂੰ ਅਸੀਂ ਬੋਲਦੇ ਹਾਂ ਓਜ਼ੋਨ ਪਰਤ ਠੀਕ ਹੈ ਜੀ ਅ ਸੋ ਟ੍ਰੋਪੋਸਫੀਅਰ ਨਹੀਂ ਹਾਂਜੀ ਹੁਣ ਅਸੀਂ ਗੱਲ ਕਰਾਂਗੇ ਓਜ਼ੋਨ ਲੇਅਰ ਦੀ ਭਾਵ ਓਜ਼ੋਨ ਪਰਤ ਦੀ ਆਪਾਂ ਹੁਣੀ ਪੜ ਕੇ ਆਏ ਹਾਂ ਕਿ ਓਜ਼ੋਨ ਪਰਤ ਕਿੱਥੇ ਹੁੰਦੀ ਹੈ ਜੇ ਸਟੈਟੋਸਫੀਅਰ ਦੇ ਵਿੱਚ ਪਾਈ ਜਾਂਦੀ ਹੈ ਠੀਕ ਹੈ ਓਜ਼ੋਨ ਦੀ ਲੇਅਰ ਹੁੰਦੀ ਹੈ ਓਜ਼ੋਨ ਪਰਤ ਹੁੰਦੀ ਹੈ ਸੋ ਆਲਾ ਪੋਰਸ਼ਨ ਆਪਾਂ ਸਾਰਾ ਮੰਨ ਕੇ ਚੱਲਦੇ ਹਾਂ ਠੀਕ ਹੈ ਕਾਦਾਗਾ ਸਟੈਟੋਸਫੀਅਰ ਦਾ ਜਿਸ ਦੇ ਵਿੱਚ ਇੱਕ ਲੇਅਰ ਹੈ ਜਿਸ ਨੂੰ ਮੈਂ ਲਾਈਟ ਜਿਹੜਾ ਬਲੂ ਕਲਰ ਦੇ ਵਿੱਚ ਸ਼ੋ ਕੀਤਾਗਾ ओजोन लेयर ਨੂੰ ਇਹ ਵਾਲੀ ਆਪਣੀ ਅਰਥ ਆ ਗਈ ਜੀ ਸਾਰੀ ਠੀਕ ਹੈ ਇਹ ਆਪਣੀ ਧਰਤੀ ਹੈ ਸਾਰੀ ਹੁਣ ਦੇਖੋ ਧਿਆਨ ਨਾਲ ਇਹ ਹੁੰਦੀ ਕੀ ਹੈ ਇਟ ਪ੍ਰੋਟੈਕਟ ਦਾ ਅਰਥ ਫ੍ਰੋਮ ਸਨਸ ਹਾਰਮਫੁਲ ਯੂਵੀ ਰੇਜ਼ ਮਤਲਬ ਇਹ ਧਰਤੀ ਨੂੰ ਸੂਰਜ ਦੀਆਂ ਹਾਨੀਕਾਰਕ ਅਲਟਰਾ ਵਾਇਲਟ ਯੂਵੀ ਕਿਰਨਾਂ ਤੋਂ ਬਚਾਉਂਦਾ ਹੈ ਹੁਣ ਧਿਆਨ ਨਾਲ ਦੇਖੋ ਜਦੋਂ ਸਨ ਤੋਂ ਲਾਈਟ ਆਉਗੀ ਠੀਕ ਹੈ ਤਾਂ ਉਹਦੇ ਵਿੱਚ ਕਾਫੀ ਤਰ੍ਹਾਂ ਦੀਆਂ ਰੇਡੀਏਸ਼ਨਸ ਹੁੰਦੀਆਂ ਨੇ ਜਦੋਂ ਵੀ ਸਨ ਤੋਂ ਜਿਹੜੀ ਲਾਈਟ ਆ ਸਟਾਰਟ ਹੁੰਦੀ ਆ ਤਾਂ ਉਹਦੇ ਵਿੱਚੋਂ ਜਿੰਨੀਆਂ ਪ੍ਰਕਾਰ ਦੀਆਂ ਰੇਡੀਏਸ਼ਨ એનર્ਜੀ ਦੇ ਹਿਸਾਬ ਨਾਲ ਉਹ ਬਣੀਆਂ ਜਾਂਦੀਆਂ ਨੇ ਜੀ ਠੀਕ ਹੈ ਕਿੰਨਾ ਦੀ એનર્ਜੀ ਦੇ ਹਿਸਾਬ ਨਾਲ ਉਹਨਾਂ ਨੂੰ ਕੈਟੇਗੋਰੀਜ਼ ਕੀਤਾ ਜਾਂਦਾ ਹੈਗਾ ਸੋ ਉਹਦੇ ਵਿੱਚੋਂ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਉਹਦੇ ਵਿੱਚੋਂ ਇੱਕ ਹੁੰਦੀ ਆ ਆਪਣੀ ਯੂਵੀ ਰੇ ਯੂਵੀ ਰੇ ਠੀਕ ਹੈ ਜਿਸ ਦਾ ਨਾਮ ਤੁਸੀਂ ਦੇਖ ਹੀ ਲਿਆ ਹੋਣਾ ਅਲਟਰਾ ਬਾਇਲਟ ਅਲਟਰਾ ਬਾਇਲਟ ਸੂਰਜ ਤੋਂ ਕਾਫੀ ਤਰ੍ਹਾਂ ਦੀਆਂ ਆ ਜਿਹੜੀਆਂ ਕਿਰਨਾਂ ਨੇ ਉਹ ਨਿਕਲਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਹੈ ਜੀ ਅਲਟਰਾਵਾਈੋਲਟ ਰੇਜ਼ ਠੀਕ ਹੈ ਹੁਣ ਇਹਨੂੰ ਸਮਝੋ ਧਿਆਨ ਨਾਲ ਇਹ ਕਿਰਨਾਂ ਇਦਾਂ ਦੀਆਂ ਹੁੰਦੀਆਂ ਨੇ ਜੇ ਇਹ ਧਰਤੀ ਤੇ ਆ ਜਾਣ ਜੇ ਇਹ ਕਿਰਨਾਂ ਧਰਤੀ ਤੇ ਆ ਜਾਣ ਤਾਂ ਕੀ ਕਰ ਸਕਤੀਆਂ ਨੇ ਜੀ ਤਾਂ ਕਾਫੀ ਇਹਨਾਂ ਦੇ ਜਿਹੜੇ ਬੁਰੇ ਪ੍ਰਭਾਵ ਨੇ ਉਹ ਪੈਂਦੇ ਨੇ ਜਿਵੇਂ ਇੱਕ ਪ੍ਰਭਾਵ ਹੈ ਕਿ ਸਕਿਨ ਕੈਂਸਰ ਤੱਕ ਕਰ ਸਕਤੀਆਂ ਨੇ ਠੀਕ ਹੈ ਇਹ ਹਿਊਮਨਸ ਵਗੈਰਾ ਨੂੰ ਠੀਕ ਹੈ ਜਾਨੀਬਾਂ ਨੂੰ ਕੀ ਕਰ ਸਕਦੀਆਂ ਨੇ ਜੀ ਸਕਿਨ ਕੈਂਸਰ ਮਤਲਬ ਕੈਂਸਰ ਤੱਕ ਦੀ ਨੌਬਤ ਆ ਸਕਦੀ ਹੈ ਅਗਰ ਇਹ ਯੂਵੀ ਰੇਸ ਧਰਤੀ ਤੇ ਆ ਜਾਣ ਤੇ ਇਹਨਾਂ ਨੂੰ ਧਰਤੀ ਤੇ ਆਉਣ ਤੋਂ ਠੀਕ ਹੈ ਜਿਹੜੀ ਚੀਜ਼ ਰੋਕਦੀ ਹੈ ਦੇਖੋ ਇੱਥੇ ਯੂਵੀ ਮੈਂ ਲਿਖਿਆ ਹੋਇਆ ਹੈਗਾ ਤਾਂ ਉਹਨੂੰ ਅਸੀਂ ਬੋਲਦੇ ਹਾਂ ओਜ਼ੋਨ ਲੇਅਰ ਇਹਦਾ ਮਤਲਬ ओਜ਼ੋਨ ਪਰਤ ਜਿਹੜੀ ਹੈ ਉਹ ਧਰਤੀ ਦਾ ਇੱਕ ਤਰ੍ਹਾਂ ਦਾ ਸੁਰੱਖਿਆ ਕਵਚ ਹੈ ਠੀਕ ਹੈ ਇੱਕ ਤਰ੍ਹਾਂ ਦਾ ਕਵਚ ਹੈ ਧਰਤੀ ਦਾ ਠੀਕ ਹੈ ਜਿਹੜਾ ਧਰਤੀ ਤੇ ਬਹੁਤ ਖਤਰਨਾਕ ਅਲਟਰਾ ਵਾਇਓਲਟ ਰੇਸ ਜੋ ਸੂਰਜ ਤੋਂ ਆਉਂਦੀਆਂ ਨੇ ਉਹਨਾਂ ਨੂੰ ਡਾਇਰੈਕਟ ਪਹੁੰਚ ਨਹੀਂ ਦਿੰਦਾ ਠੀਕ ਹੈ ਜੇ ਪਹੁੰਚ ਜਾਂਦਾ ਸਕਿਨ ਕੈਂਸਰ ਦੀ ਤਰ੍ਹਾਂ ਹੋਰ ਕਈ ਤਰ੍ਹਾਂ ਦੇ ਜਿਹੜੀਆਂ ਭਿਆਨਕ ਰੋਗ ਨੇ ਉਹ ਹੋ ਸਕਦੇ ਨੇ ਤਾਂ ਹੁਣ ਇਹ ਕੰਮ ਕਿਵੇਂ ਕਰਦਾ ਦੇਖੋ ਮੰਨ ਲਓ ਇੱਥੋਂ ਜਿਹੜੀ ਰੇਡੀਏਸ਼ਨ ਹੈ ਸੂਰਜ ਤੋਂ ਕਈ ਪ੍ਰਕਾਰ ਦੀਆਂ ਰੇਡੀਏਸ਼ਨ ਨਿਕਲਦੀਆਂ ਨੇ ਜਿਨ੍ਹਾਂ ਦੀ ਗੱਲ ਆਪਾਂ ਅੱਗੇ ਵੀ ਕਰਾਂਗੇ ਜਿਵੇਂ ਇੱਕ ਯੂਵੀ ਰੇ ਹੈ ਇੱਕ ਆਈਆਰ ਰੇ ਹੈ ਉਹਨਾਂ ਦੀ ਗੱਲ ਮੈਂ ਅੱਗੇ ਕਰੂੰਗਾ ਠੀਕ ਹੈ ਜਿਵੇਂ ਦੇਖੋ ਇੱਥੇ ਧਿਆਨ ਨਾਲ ਮੰਨ ਲਓ ਆਹ ਜਿਹੜੀ ਕਿਰਨ ਹੈ ਡਾਇਰੈਕਟ ਇੱਥੋਂ ਦੀ ਧਰਤੀ ਤੇ ਆ ਰਹੀ ਹੈ ਖਤਰਨਾਕ ਨਹੀਂ ਹੈਗੀ ਜੋ ਵਾਈਟ ਐਰੋ ਦੇ ਵਿੱਚ ਹੈ ਇਹ ਕੋਈ ਹੋਰ ਕਿਰਨ ਹੋ ਸਕਦੀ ਹੈ ਆਈ ਆਰ ਦੀ ਮੈਂ ਗੱਲ ਕੀਤੀ ਹੈ ਵਿਜ਼ੀਬਲ ਦੀ ਗੱਲ ਕੀਤੀ ਹੈ ਸੋ ਕਈ ਤਰ੍ਹਾਂ ਦੀਆਂ ਕਿਰਨਾਂ ਜਿਹੜੀਆਂ ਧਰਤੀ ਤੋਂ ਨਿਕਲਦੀਆਂ ਨੇ ਮੈਂ ਥੋੜਾ ਜਿਹਾ ਨਾ ਸਾਈਡ ਤੇ ਨੋਟ ਹੀ ਕਰ ਦਿੰਨਾ ਕਿਉਂਕਿ ਬਾਰ ਬਾਰ ਇਹ ਅਦਰਵਾਇਜ਼ ਜਿਵੇਂ ਜਿਵੇਂ ਮੈਂ ਟੌਪਿਕ ਸਮਝਾਉਂਗੇ ਸਾਰੀਆਂ ਚੀਜ਼ਾਂ ਆਪਣੀਆਂ ਵਿੱਚ ਹੀ ਆਉਣਗੀਆਂ ਜਿਵੇਂ ਨੋਟ ਕਰੋ ਇੱਥੇ ਰੇਡੀਏਸ਼ਨ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ ਕਿਰਨਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ ਜਿਵੇਂ ਪਹਿਲਾਂ ਮੈਂ ਲਿਖਤਾ ਦੇਖੋ ਗਾਮਾ ਰੇਜ਼ ਠੀਕ ਹੈ ਗਾਮਾ ਰੇਜ਼ ਇਹਨਾਂ ਦੀ એનર્ਜੀ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਤੋਂ ਬਾਅਦ ਐਕਸ ਰੇਜ਼ ਆਪਣੇ ਐਕਸ ਰੇ ਨਹੀਂ ਹੁੰਦੇ ਹੈਗੇ ਹਨਾ ਉਹਦੇ ਵਿੱਚ ਵਰਤੀਆਂ ਜਾਂਦੀਆਂ ਨੇ ਐਕਸ ਰੇਜ਼ ਉਸ ਤੋਂ ਬਾਅਦ ਅਲਟਰਾ ਵਾਇਲਟ ਜਿਹੜੀਆਂ ਮੈਂ ਹੁਣੇ ਲਿਖੀਆਂ ਨੇ ਜੀ ਯੂਵੀ ਵਿਜੀਬਲ ਰੇਜ਼ ਅਲਟਰਾ ਵਾਇਲਟ ਰੇਜ਼ ਇਸ ਤੋਂ ਬਾਅਦ ਵਿਜੀਬਲ ਕਲੀਆਂ ਵਿਜੀਬਲ ਹੁੰਦੀਆਂ ਨੇ ਹੈਨਾ ਉਹ ਕਿਰਨਾਂ ਮਤਲਬ ਜਿਨ੍ਹਾਂ ਦੀ ਮਦਦ ਦੇ ਨਾਲ ਅਸੀਂ ਚੀਜ਼ਾਂ ਨੂੰ ਦੇਖਦੇ ਆ ਠੀਕ ਹੈ ਵਿਜੀਬਲ ਆ ਜਾਂਦੀਆਂ ਨੇ ਕਲੀਆਂ ਇੱਕ ਹੁੰਦੀਆਂ ਨੇ ਆਈਆਰ ਠੀਕ ਹੈ ਆਈਆਰ ਆਈਆਰ ਰੇਜ਼ ਆਈਆਰ ਦਾ ਮਤਲਬ ਇੱਥੇ ਇਨਫਰਾ ਰੈਡ ਹੈ ਜੀ ਆਈ ਦਾ ਮਤਲਬ ਇਨਫਰਾ ਆਰ ਦਾ ਮਤਲਬ ਰੈਡ ਇਨਫਰਾ ਰੈਡ ਹੈਨਾ ਜਕੀਵਰ ਅਸੀਂ ਆਈ ਆਰ ਹੀ ਬੋਲ ਦਿੰਨੇ ਇਹਨਾਂ ਨੂੰ ਇਕੱਠਾ ਜਿਵੇਂ ਯੂਵੀ ਬੋਲਦਾ ਉਸੇ ਤਰੀਕੇ ਨਾਲ ਆਈ ਆਰ ਬੋਲ ਦਿੰਨੇ ਇਨਫਰਾ ਰੈਡ ਠੀਕ ਹੈ ਕਿਰਨਾ ਇਨਫਰਾ ਰੈਡ ਕਿਰਨਾ ਉਸ ਤੋਂ ਬਾਅਦ ਇੱਕ ਮਾਈਕ੍ਰੋਵੇਵ ਹੁੰਦੀਆਂ ਨੇ ਇੱਕ ਰੇਡੀਓ ਵੇਵ ਹੁੰਦੀਆਂ ਨੇ ਸੋ ਇੰਨੀ ਖੈਰ ਤੁਹਾਨੂੰ ਲੋੜ ਨਹੀਂ ਮੈਂ ਉੱਪਰ ਲਿਖ ਦਿੰਦਾ ਕਿਤੇ ਠੀਕ ਹੈ ਮਾਈਕ੍ਰੋਵੇਵ ਠੀਕ ਹੈ ਇੱਥੇ ਲਿਖ ਦਿੰਨੇ ਆਪਾਂ ਮਾਈਕ੍ਰੋਵੇਵ ਕਿਉਂਕਿ ਕਾਫੀ ਬਾਰੇ ਟੌਪਿਕ ਫਿਰ ਆ ਰਹੇ ਆ ਵਿੱਚ ਤਾਂ ਥੋੜਾ ਜਿਹਾ ਮੈਂ ਲਿਖਤਾ ਸੱਤ ਪ੍ਰਕਾਰ ਦੀਆਂ ਆ ਗਈਆਂ ਆਪਣੀਆਂ ਇੱਕ ਆ ਗਈਆਂ ਰੇਡੀਓ ਵੇਵਸ ਠੀਕ ਹੈ ਰੇਡੀਓ ਵੇਵਸ ਸੋ ਸੱਤ ਹੋ ਗਈਆਂ ਪਹਿਲਾ ਗਾਮਾ ਫਿਰ ਐਕਸ ਫਿਰ ਯੂਵੀ ਫਿਰ ਵਿਜੀਬਲ ਫਿਰ ਆਈਆਰ ਫਿਰ ਮਾਈਕਰੋ ਫਿਰ ਰੇਡੀਓ ਠੀਕ ਹੈ ਜੀ ਤਾਂ ਇਹਦੇ ਵਿੱਚ ਸਭ ਤੋਂ ਵੱਧ એનર્ਜੀ ਕਿਹਦੀ ਹੁੰਦੀ ਹੈ ਗਾਮਾ ਰੇਜ਼ ਦੀ ਹੁੰਦੀ ਹੈ ਗਾਮਾ ਕਿਰਨਾਂ ਦੀ ਅਤੇ ਸਭ ਤੋਂ ਘੱਟ ਕਿਹਦੀ ਹੁੰਦੀ ਹੈ ਜੀ ਰੇਡੀਓ ਵੇਵਜ਼ ਦੀ ਹੁੰਦੀ ਹੈ ਤਾਂ ਕਰਕੇ ਸੱਤ ਪ੍ਰਕਾਰ ਦੀਆਂ ਹੋ ਗਈਆਂ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਕਿਹਦੀ એનર્ਜੀ ਵੱਧ ਹੈ ਕਿਹਦੀ ਘੱਟ ਹੈ ਤਾਂ ਆਪਾਂ ओਜ਼ੋਨ ਦੇ ਕੇਸ ਤੋਂ ਧਿਆਨ ਦਿਓ ओਜ਼ੋਨ ਦੇ ਕੇਸ 'ਚ ਆਪਾਂ ਸਪੈਸ਼ਲੀ ਕਿਤੇ ਫੋਕਸ ਕਰਦੇ ਪਏ ਆ ਅਲਟਰਾ ਵਾਇਓਲਟ ਰੇਜ਼ ਤੇ ਹੈਨਾ ओਜ਼ੋਨ ਦਾ ਕੰਮ ਸਿਰਫ ਇਹ ਵਾਲੀਆਂ ਕਿਰਨਾਂ ਨੂੰ ਧਰਤੀ ਤੋ ਆਉਣ ਤੋਂ ਰੋਕਣਾ ਹੈਗਾ ਕਿਹੜੀਆਂ ਕਿੰਨਾਂ ਨੇ ਜੀ ਯੂਵੀ ਰੇਸ ਕਿਉਂਕਿ ਇਹ ਧਰਤੀ ਤੇ ਆ ਗਈਆਂ ਤਾਂ ਸਕਿਨ ਕੈਂਸਰ ਬਾਹ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਾਫੀ ਡਿਜ਼ੀਜ਼ ਜਿਹੜੀਆਂ ਹੈਗੀਆਂ ਨੇ ਉਹ ਕਰ ਸਕਦੀਆਂ ਨੇ ਜੋ ਕਿ ਕਾਫੀ ਖਤਰਨਾਕ ਹੁੰਦੀਆਂ ਨੇ ਇੱਥੋਂ ਤੱਕ ਹੋਫਫਲੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਹੁਣ ਆਪਾਂ ਪਿਕਚਰ ਦੇ ਥਰੂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਇਹਨੂੰ ਅਰੇਜ਼ ਕਰ ਲੈਨੇ ਆ ਠੀਕ ਹੈ ਕਿਉਂਕਿ ਕਾਫੀ ਕੁਝ ਲਿਖਿਆ ਗਿਆ ਸਕਰੀਨ ਦੇ ਉੱਪਰ ਤਾਂ ਥੋੜਾ ਜਿਹਾ ਆਪਾਂ ਸਪੇਸ ਇੱਥੇ ਬਣਾ ਲਈਏ ਹੁਣ ਤੇ ਇਹਦੇ ਵਿੱਚ ਹੁਣ ਦੇਖੋ ਧਿਆਨ ਨਾਲ ਹੁਣ ਆਪਾਂ ਪਿਕਚਰ ਦੇ ਥਰੂ ਸਮਝਦੇ ਆ ਕਿ ओजोन ਪਰਤ ਕੰਮ ਕਿਵੇਂ ਕਰਦੀ ਹੈ ਹੈਨਾ ਕਿ ਇਹਦੀ ਫੰਕਸ਼ਨਿੰਗ ਕਿਦਾਂ ਹੁੰਦੀ ਹੈ ਤੇ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਅਗਰ ਤੁਸੀਂ ਨੋਟ ਕਰੋ ਤਾਂ ਮੰਨ ਲਓ ਆ ਵਾਈਟ ਕਿਰਨੇ ਚ ਠੀਕ ਹੈ ਇਹ ਵਧੀਆ ਕਿਰਨੇ ਮੈਂ ਤੁਹਾਨੂੰ ਪਹਿਲਾਂ ਹੀ ਬੋਲਤਾ ਤਾਂ ਇਹ ਧਰਤੀ ਤੇ ਆ ਰਹੀ ਹੈ ਹੈਨਾ ओਜ਼ੋਨ ਨਾਲ ओਜ਼ੋਨ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਧਰਤੀ ਤੇ ਆ ਰਹੀਆਂ ਮੰਨ ਲਓ ਇਹ ਵਿਜ਼ੀਬਲ ਰੇ ਹੈ ਆਪਣੀ ਠੀਕ ਹੈ ਜਾਂ ਇਨਫਰਾ ਰੈਡ ਰੇ ਹੈ ਇਨਫਰਾ ਰੈਡ ਕਿਰਨੇ ਕੋਈ ਮਰਜ਼ੀ ਹੈ ਪਰ ਜੋ ਯੂਵੀ ਰੇ ਹੈ ਆ ਇਹਨੂੰ ਦੇਖੋ ਮੈਂ ਯੂਵੀ ਲਿਖਿਆ ਇੱਥੇ আল্ট্রা ভায়োলেট রে তা ਜਦੋਂ ਹੀ ਇਹ ਇਦਾਂ ਆਉਗੀ ਤਾਂ ਓਜ਼ੋਨ ਲੇਅਰ ਕੀ ਕਰੂਗੀ ਠੀਕ ਹੈ ਜੀ ਓਜ਼ੋਨ ਲੇਅਰ ਕੀ ਕਰੂਗੀ ਇਹਨੂੰ ਰੋਕੂਗੀ ਮਤਲਬ ਇਹਨੂੰ ਧਰਤੀ ਤੇ ਨਹੀਂ ਆਉਣ ਦਿੰਦੀ ਇਹਨੂੰ ਰੋਕੂਗੀ ਪ੍ਰੋਪਰ ਜਿਵੇਂ ਮੰਨ ਲਓ ਦੇਖੋ ਇੱਕ ਮੈਂ ਹੋਰ ਬਣਾ ਦਿੰਨਾ ਇੱਥੇ ਮੰਨ ਲਓ ਇੱਥੋਂ ਆਪਣੀ ਯੂਵੀ ਰੇ ਆ ਰਹੀ ਹੈ ਤਾਂ ਜਦੋਂ ਹੀ ਇਹ ਓਜ਼ੋਨ ਲੇਅਰ ਕੋਲ ਆਉਗੀ ਤਾਂ ਓਜ਼ੋਨ ਤੋਂ ਅੱਗੇ ਨਹੀਂ ਜਾਊਗੀ ਇਹ ਧਰਤੀ ਵੱਲ ਨਹੀਂ ਆਊਗੀ ਉੱਥੇ ਰੁਕ ਜਾਊਗੀ ਠੀਕ ਹੈ ਸੋ ਇਹਦਾ ਕੰਮ ਹੈ ਓਜ਼ੋਨ ਲੇਅਰ ਦਾ ਪਰ ਹੁਣ ਦੀ ਘੜੀ ਕੀ ਹੋ ਰਿਹਾ ਜੀ ਕਿ ਜੋ ਸਾਡੀ ਓਜ਼ੋਨ ਦੀ ਪਰਤ ਹੈ ਨਾ ਉਦੇ ਵਿੱਚ ਮਤਲਬ ਛੇਕ ਹੋ ਗਏ ਉਹਦੇ ਵਿੱਚ ਛੇਦ ਹੋ ਗਏ ਇੰਦਾ ਕਹੋ ਹੌਲ ਹੋ ਗਏ ਠੀਕ ਹੈ ਐਚਓਐਲਈ ਸ਼ਬਦ ਬੈਟਰ ਵਰਤੂੰਗਾ ਮੈਂ ਉਹਦੇ ਵਿੱਚ ਹੌਲ ਹੋ ਗਏ ਜੀ ਹੁਣ ਹੌਲ ਹੋਣ ਦੇ ਕਾਰਨ ਕੀ ਹੋ ਗਿਆ ਕਿ ਜੋ ਓਜ਼ੋਨ ਪਰਤ ਯੂਵੀ ਰੇਜ਼ ਨੂੰ ਰੋਕ ਰਹੀ ਸੀ ਉਹ ਹੁਣ ਰੋਕ ਨਹੀਂ 파ਰੀ ਅਲਟਰਾ ਵਾਇਲਟ ਕਿਰਨਾਂ ਜਿਹੜੀਆਂ ਹੈਗੀਆਂ ਨੇ ਉਹ ਧਰਤੀ ਤੇ ਆਉਣ ਲੱਗੀਆਂ ਜਿਵੇਂ ਇੱਥੇ ਦੇਖੋ ਇੱਥੇ ਆਪਾਂ ਸ਼ੋਅ ਕੀਤਾ ਹੋਇਆ ਜਿਵੇਂ ਅਲਟਰਾ ਵਾਇਲਟ ਰੇ ਹੈ ਤਾਂ ਇੱਥੇ ਦੇਖੋ ਇਹਦਾ ਮਤਲਬ ਕੀ ਹੈ ਹੌਲ ਆ ਚੀਜ਼ ਦਾ ਮਤਲਬ ਹੈਗਾ ਕਿ ਹੌਲ ਹੋ ਗਏ ਹੁਣ ਮਤਲਬ ਓਜ਼ੋਨ ਪਰਤ ਟੁੱਟ ਗਈ ਆਪਣੀ ਹੁਣ ਤੇ ਇੱਥੇ ਜੇ ਕਾਫੀ ਪੂਰੀ ਟੁੱਟ ਗਈ ਤਾਂ ਕਰਕੇ ਜੋ ਜੂ ਵੀ ਰੇ ਹੈ ਉਹ ਦੇਖੋ ਇੱਥੇ ਰੁਕੀ ਨਹੀਂ ਉਹਦਾ ਕੁਝ ਪੋਰਸ਼ਨ ਕਿਧੇ ਵੱਲ ਆ ਰਿਹਾ ਜੀ ਧਰਤੀ ਵੱਲ ਆ ਰਿਹਾ ਉਹਦਾ ਕੁਝ ਪੋਰਸ਼ਨ ਕਿਧੇ ਵੱਲ ਆ ਰਿਹਾ ਧਰਤੀ ਵੱਲ ਆ ਰਿਹਾ ਅਤੇ ਜੋ ਸਾਡੀ ਲਾਈਫ ਹੈ ਉਹ ਪ੍ਰਭਾਵਿਤ ਹੋ ਰਹੀ ਹੈ ਕਹਿੰਦਾ ਮਤਲਬ ਅਜੋਕੇ ਸਮੇਂ ਵਿੱਚ ਅੱਜ ਦੇ ਸਮੇਂ ਵਿੱਚ ਸਾਡੀ ਓਜ਼ੋਨ ਪਰਤ ਜੋ ਕਿ ਧਰਤੀ ਦਾ ਇੱਕ ਤਰ੍ਹਾਂ ਦਾ ਸੁਰੱਖਿਆ ਕਵਚ ਸੀਗੀ ਤਾਂ ਉਹਦੇ ਵਿੱਚ ਹੋਲ ਹੋਗੇ ਛੇਦ ਹੋਗੇ ਠੀਕ ਹੈ ਜਿਸ ਦੇ ਕਰਕੇ ਹੁਣ ਯੂਵੀ ਰੇਜ਼ ਦਾ ਕੁਝ ਪੋਰਸ਼ਨ ਧਰਤੀ ਤੇ ਆ ਰਿਹਾ ਜੋ ਕਿ ਸਾਡੇ ਲਈ ਖਤਰਨਾਕ ਹੈ ਹੁਣ ਨੈਕਸਟ ਕਹਾਣੀ ਇਹ ਉੱਠਦੀ ਹੈ ਕਿ ਹੋਲ ਹੋਣ ਦਾ ਕਾਰਨ ਕੀ ਹੈ ਠੀਕ ਹੈ ਇਹ ਤਾਂ ਤੁਸੀਂ ਸਮਝ ਗਏ ਕਿ ਕੰਮ ਕਿਵੇਂ ਕਰਦੀ ਹੈ ਕਿਵੇਂ ਬਚਾਉਂਦੀ ਹੈ ਸਾਨੂੰ ਕਿਵੇਂ ਯੂਵੀ ਰੇਜ਼ ਨੂੰ ਆਉਣ ਨਹੀਂ ਦਿੰਦੀ ਯੂਵੀ ਕਿਰਨਾਂ ਕੀ ਹੁੰਦੀਆਂ ਨੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੁਣ ਆਪਾਂ ਇੱਥੇ ਇਹ ਸਮਝਣਾ ਕਿ ਹੋਲ ਹੋਣ ਦਾ ਕਾਰਨ ਕੀ ਹੈ ਤਾਂ ਉਹਦੇ ਲਈ ਬਹੁਤ ਜ਼ਿਆਦਾ ਹੱਦ ਤੱਕ ਸਾਡੀਆਂ ਹਿਊਮਨਸ ਦੀਆਂ ਜੋ ਐਕਟੀਵਿਟੀਆਂ ਨੇ ਠੀਕ ਹੈ ਜੀ ਉਹ ਇਨਵੋਲ ਨੇ ਉਹ ਕਿਵੇਂ ਜਿਵੇਂ ਇੱਥੇ ਦੇਖੋ ਧਿਆਨ ਨਾਲ ਮੈਂ ਕੀ ਲਿਖਣ ਦੀ ਕੋਸ਼ਿਸ਼ ਕੀਤੀ ਹੈ ਸੀ ਐਫ ਸੀ ਸੀ ਐਫ ਸੀ ਠੀਕ ਹੈ ਇਹਦੀ ਫੁੱਲ ਫਾਰਮ ਲਿਖ ਲਓ ਸਭ ਤੋਂ ਪਹਿਲਾਂ ਤਾਂ ਇਹਦੀ ਫੁੱਲ ਫਾਰਮ ਹੁੰਦੀ ਹੈ ਜੀ ਕਲੋਰੋਫਲੋਰੋ ਕਾਰਬਨ ਇੱਥੇ ਵੀ ਲਿਖਿਆ ਹੋਇਆ ਸੀ ਫਾਰ ਕਲੋਰੋ ਐਫ ਫੋਰ ਫਲੋਰੋ ਸੀ ਦਾ ਮਤਲਬ ਕਾਰਬਨ ਕਲੋਰੋ ਫਲੋਰੋ ਕਾਰਬਨ ਮੈਂ ਇੱਥੇ ਲਿਖ ਵੀ ਦਿਨਾ ਦੁਆਰਾ ਠੀਕ ਹੈ ਪੰਜਾਬੀ ਦੇ ਵਿੱਚ ਕਲੋਰੋ ਠੀਕ ਹੈ ਪਹਿਲਾਂ ਕਲੋਰੋ ਆ ਗਿਆ ਫਿਰ ਫਲੋਰੋ ਆ ਗਿਆ ਕਲੋਰੋਫਲੋਰੋ ਕਾਰਬਨ ਹੁਣ ਇਹ ਕੁਛ ਏਦਾਂ ਦੀਆਂ ਗੈਸਸਾਂ ਹੁੰਦੀਆਂ ਨੇ ਠੀਕ ਹੈ ਜੀ ਜਿਹੜੀਆਂ ਧਰਤੀ ਤੇ ਆ ਰਿਲੀਜ਼ ਹੋ ਰਹੀਆਂ ਨੇ ਜਿਵੇਂ 에ਅਰ ਕੰਡੀਸ਼ਨਰ ਆਪਣੇ ਏਸੀ ਹੋਗੇ ਠੀਕ ਹੈ ਜੀ ਸੋ ਇਹਨਾਂ ਦੇ ਵਿੱਚੋਂ ਇਹ ਵਾਲਾ ਗੈਸ ਆ ਨਿਕਲਦੀਆਂ ਨੇ ਇਹ ਵਾਲਾ ਗੈਸ ਕਿਸੇ ਚੀਜ਼ ਨੂੰ ਠੰਡਾ ਕਰਨ ਲਈ ਵਰਤੀਆਂ ਜਾਂਦੀਆਂ ਨੇ ਠੀਕ ਹੈ ਕੂਲਿੰਗ ਦੇ ਪਰਪਸ ਨਾਲ ਵਰਤੀਆਂ ਜਾਂਦੀਆਂ ਨੇ ਪਰ ਕਈ ਵਾਰ ਮੰਨ ਲਓ ਇਹ ਗੈਸ ਵਾਲਾ ਕੋਈ ਟੈਂਕਰ ਲੀਕ ਹੋ ਗਿਆ ਜਿਸ ਆਬਜੈਕਟ ਦੇ ਵਿੱਚ ਇਹ ਪਾਈ ਗਈ ਹੈ ਹਨਾ ਉਥੋਂ ਲੀਕੇਜ ਹੋ ਗਈ ਗੈਸ ਦੀ ਅ ਜੇ ਮੇ ਇਹ ਸੀ ਦੀ ਹੋਗੀ ਮੰਨ ਲਓ ਗੈਸ ਦੀ ਲੀਕੇਜ ਜਾਂ ਕਈ ਕਾਰਨ ਹੋ ਸਕਦੇ ਨੇ ਜਾਂ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿੱਚ ਹੋ ਸਕਦਾ ਤਾਂ ਉਹਦੇ ਨਾਲ ਕੀ ਹੋਊਗਾ ਜੀ ਇਹ ਵਾਲੀਆਂ ਗੈਸਸਾਂ ਨਾ ਫਿਰ ਧਰਤੀ ਤੋਂ ਬਾਹਰ ਨਿਕਲ ਕੇ ਬਾਦੂ ਮੰਡਲ ਚ ਆ ਜਾਣਗੀਆਂ ਐਟਮੋਸਫੀਅਰ ਚ ਆ ਜਾਣਗੀਆਂ ਜਿਵੇਂ ਕਿ ਮੈਂ ਇਹ ਵਾਲੇ ਜੋ ਪਰਪਲ ਐਰੋ ਨੇ ਉਹ ਲਗਾਏ ਹੋਏ ਨੇ ਤਾਂ ਜਦੋਂ ਇਹ ਬਾਹਰ ਆ ਗਈਆਂ ਤਾਂ ਉੱਪਰ ਜਾ ਕੇ ਇੱਕ ਰੈਕਸ਼ਨ ਕਿਰਿਆ ਹੁੰਦੀ ਹੈ ਠੀਕ ਹੈ ਉਨੀ ਆਪਾਂ ਡਿਟੇਲ 'ਚ ਨਹੀਂ ਜਾਵਾਂਗੇ ਕਿ ਕਿਵੇਂ ਇਹ ਆਇੋਨਾਈਜ਼ ਹੁੰਦੇ ਆ ਇਹਨਾਂ ਦੇ ਵਿੱਚ ਟੁੱਟਦੇ ਆ ਹੈਨਾ ਇਹ ਸਾਰਾ ਕੁਝ ਆਪਾਂ ਇੱਥੇ ਨਹੀਂ ਕਰਨਾ ਕਿਉਂਕਿ ਆਪਾਂ ਡਾਇਰੈਕਟ ਸਮਝਣਾ ਹੈਗਾ ਤਾਂ ਉੱਪਰ ਜਾ ਕੇ ਕੀ ਕਰਦੀਆਂ ਨੇ ਇਦਾਂ ਸਮਝੋ ਕਿ ਇਹ ਓਜ਼ੋਨ ਪਰਤ ਦੀਆਂ ਦੁਸ਼ਮਣ ਨੇ ਮਤਲਬ ਕੋਈ ਕਿਰਿਆ ਕਰਕੇ ਓਜ਼ੋਨ ਦੇ ਨਾਲ ਕਿਰਿਆ ਕਰਕੇ ਓਜ਼ੋਨ ਪਰਤ ਨੂੰ ਖਰਾਬ ਕਰ ਰਹੀਆਂ ਨੇ ਉਹਦੇ ਵਿੱਚ ਕੀ ਕਰ ਰਹੀਆਂ ਨੇ ਇਹ ਸ਼ੇਕ ਕਰ ਰਹੀਆਂ ਨੇ ਠੀਕ ਹੈ ਜੀ ਸੋ ਓਜ਼ੋਨ ਪਰਤ ਦੇ ਨਸ਼ਟ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਲੋਰੋਫਲੋਰੋ ਕਾਰਬਨਸ ਇਹ ਤੁਸੀਂ ਯਾਦ ਰੱਖਣਾ ਇਹ ਆ ਇੱਕ ਤਰ੍ਹਾਂ ਦੀਆਂ ਗੈਸਸਾਂ ਹੁੰਦੀਆਂ ਨੇ ਕਈ ਤਰ੍ਹਾਂ ਦੀ ਇਹ ਦੇ ਵਿੱਚ ਆ ਜਾਂਦੀਆਂ ਨੇ ਜੋ ਕਿ ਕਿਸੇ ਚੀਜ਼ ਨੂੰ ਬੇਸਿਕਲੀ ਕੁਲੈਂਟ ਦੇ ਤੌਰ ਤੇ ਠੰਡਾ ਕਰਨ ਲਈ ਵਰਤੀ ਜਾਂਦੀਆਂ ਨੇ ਐਗਜ਼ਾਮਪਲ ਆਪਾਂ ਏਸੀ ਵਗੈਰਾ ਦੀ ਲੈ ਸਕਦੇ ਹਾਂ ਤੇ ਇਹਨਾਂ ਦੀ ਲੀਕੇਜ ਕਾਰਨ ਇਹਨਾਂ ਦੀ ਵਰਤੋਂ ਵਧਣ ਕਾਰਨ ਆਪਾਂ ਨੂੰ ਪਤਾ ਹੈ ਕਿ ਏਸੀ ਦੀ ਕਿੰਨੀ ਬਜਾਏਦਾ ਵਰਤੋਂ ਹੋ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਤੋਂ ਇਹਦਾ ਮਤਲਬ ਹੈ ਗੈਸਸਾਂ ਦੀ ਪ੍ਰੋਡਕਸ਼ਨ ਵੀ ਵਧੀ ਹੋਊਗੀ ਪ੍ਰੋਡਕਸ਼ਨ ਦੇ ਨਾਲ ਨਾਲ ਕੁਝ ਲੀਕੇਜ ਕੁਝ ਮਤਲਬ ਐਕਸਟਰਾ ਜਿਹੜਾ ਬਾਹਰ ਨਿਕਲ ਜਾਂਦੀਆਂ ਨੇ ਇਹ ਉਹਦੀ ਮਾਤਰਾ ਵੀ ਵਧੀ ਹੋਊਗੀ ਜਿਸ ਦੇ ਨਾਲ ਇਹ ਉੱਪਰ ਜਾ ਕੇ ਓਜ਼ੋਨ ਲੇਅਰ ਨੂੰ ਖਤਮ ਕਰ ਰਹੀਆਂ ਨੇ ਟਾਈ ਬੋਲੇ ਜਾ ਰਿਹਾ ਕਿ ਪ੍ਰਾਣੀ ਸੱਭਿਆਚਾਰ ਦੇ ਤਰ੍ਹਾਂ ਰਹਿਣਾ ਚਾਹੀਦਾ ਸਾਨੂੰ ਕੂਲਰ ਵਗੈਰਾ ਪੱਖੇ ਵਗੈਰਾ ਦੀ ਵਰਤੋਂ ਕਰੋ ਏਸੀ ਦੀ ਘਟ ਕਰੋ ਹਨਾ ਆ ਸੋ ਇਹ ਵੀ ਸਾਰਾ ਕੁਝ এনवायरमेंट ਦੇ ਨਾਲ ਰਿਲੇਟਡ ਹੈ ਖੈਰ ਆਪਾਂ ਉਸ ਮੁੱਦੇ ਤੇ ਨਹੀਂ ਜਾਵਾਂਗੇ ਸੋ ক্লোਰੋਫਲੋਰੋ ਕਾਰਬਨ ਤੁਸੀਂ ਸਮਝ ਗਏ ਹੋਵੋਗੇ ਜ਼ਿੰਮੇਵਾਰ ਨੇ ਡਾਇਰੈਕਟਲੀ ਕਾਦੇ ਵਿੱਚ ਹੋਲ ਦੇ ਲਈ ਓਜ਼ੋਨ ਲੇਅਰ ਦੇ ਵਿੱਚ ਹੋਲ ਦੇ ਲਈ ਸੋ ਕਾਫੀ ਲੰਬਾ ਹੋ ਗਿਆ ਆਪਣਾ ਇੱਕ ਸਲਾਈਡ ਦੇ ਉੱਪਰ ਹੀ ਟਾਈਮ ਹੁਣ ਆਪਾਂ ਚੱਲਦੇ ਹਾਂ ਅੱਗੇ ਹਾਂਜੀ ਨੈਕਸਟ ਜੋ ਆਪਾਂ ਇੱਕ ਹੋਰ ਟਾਪਿਕ ਕਰਨਾ ਹੈ ਉਹਦਾ ਨਾਮ ਹੈ ਚਿਪਕੋ ਮੂਵਮੈਂਟ ਚਿਪਕੋ ਅੰਦੋਲਨ ਠੀਕ ਹੈ ਬੜਾ ਫੇਮਸ ਅੰਦੋਲਨ ਹੈ ਇਹ ਚਿਪਕੋ ਵਾਲਾ ਧਿਆਨ ਵਾਲੇ ਨੂੰ ਥੋੜਾ ਜਿਹਾ ਸੁਣਿਓ ਤਾਂ ਇਹਦੇ ਵਿੱਚ ਕੀ ਹੋਇਆ ਪਹਿਲਾਂ ਤਾਂ ਇਹ ਸੁਣੋ ਕਿ ਕੀ ਹੈ ਇਹ ਚਿਪਕੋ ਇਹਦਾ ਮਤਲਬ ਲੋਕ ਕਿਸੇ ਨਾਲ ਚਿਪਕੇ ਹੋਣਗੇ ਤੇ ਕਾਦੇ ਨਾਲ ਚਿਪਕਿਆ ਜੀ ਲੋਕ ਇਹਦੇ ਵਿੱਚ ਟ੍ਰੀ ਦੇ ਨਾਲ ਦਰਖਤਾਂ ਦੇ ਨਾਲ ਜਿਵੇਂ ਕਿ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਅੱਛਾ ਕਿਉਂ ਚਿਪਕੇ ਨੇ ਉਹ ਦੇਖੋ ਇੱਥੋਂ ਸਟਾਰਟਡ ਦਿਸ ਅੰਦੋਲਨ ਜਿਹੜਾ ਚਿਪਕੋ ਮੂਵਮੈਂਟ ਹੈ ਸਟਾਰਟਡ ਅਗੇਂਸਟ ਲਾਰਜ ਸਕੇਲ ਕਟਿੰਗ ਆਫ ਟ੍ਰ ਮਤਲਬ ਜਦੋਂ ਦਰਖਤਾਂ ਦੀ ਬਹੁਤ ਵੱਡੇ ਪੱਧਰ ਤੇ ਕਟਾਈ ਹੋ ਰਹੀ ਸੀ ਠੀਕ ਹੈ ਪੁਰਾਣੇ ਸਮੇਂ ਦੇ ਵਿੱਚ ਜਦੋਂ ਦਰਖਤਾਂ ਦੀ ਬਹੁਤ ਵੱਡੇ ਪੱਧਰ ਤੇ ਕਟਾਈ ਹੋ ਰਹੀ ਸੀ ਡੀਫੋਰੈਸਟੇਸ਼ਨ ਹੋ ਰਹੀ ਸੀ ਤਾਂ ਉਦੋਂ ਇਹ ਵਾਲਾ ਅੰਦੋਲਨ ਚੱਲਿਆ ਕਿ ਸਪੈਸ਼ਲੀ ਉੱਤਰਾਖੰਡ ਦੇ ਵਿੱਚ ਠੀਕ ਹੈ ਕਿੱਥੋਂ ਸਟਾਰਟ ਹੋਇਆ ਸਪੈਸ਼ਲੀ ਉੱਤਰਾਖੰਡ ਦੇ ਵਿੱਚ ਕੀ ਸੀਗਾ ਕਿ ਜੋ ਲੋਕ ਨੇ ਨਾ ਕਿ ਜੋ ਲੋਕ ਸੀਗੇ ਉਹ ਦਰਖਤਾਂ ਦੇ ਨਾਲ ਇਦਾਂ ਚਿਪ ਕੇ ਖੜਨਾ ਸਟਾਰਟ ਹੋ ਗਏ ਕਿ ਅਸੀਂ ਦਰਖਤਾਂ ਨੂੰ ਵੱਢਣ ਨਹੀਂ ਦੇਣਾ ਅਸੀਂ ਆ ਜੋ ਹੈਗਾ ਦਰਖਤਾਂ ਦੀ ਕਟਾਈ ਨੂੰ ਰੋਕਣਾਗਾ ਜਿਹੜੇ ਲੋਕ ਕਰ ਰਹੇ ਸੀ ਉਹਨਾਂ ਦੇ ਵਿਰੁੱਧ ਖੜੇ ਹੋਗੇ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਚਿਪਕੋ ਮੂਵਮੈਂਟ ਕਾਦੇਨਾ ਲਿਟਡ ਹੈ ਜੀ ਅਗੇਂਸਟ ਲਾਰਜ ਸਕੇਲ ਕਟਿੰਗ ਆਫ ਟਰੀ ਮਤਲਬ ਜੋ ਦਰਖਤਾਂ ਦੀ ਵੱਡੇ ਪੱਧਰ ਤੇ ਕਟਾਈ ਹੋ ਰਹੀ ਸੀ ਠੀਕ ਹੈ ਉਹਨੂੰ ਰੋਕਣ ਦੇ ਲਈ ਇਹ ਵਾਲਾ ਅੰਦੋਲਨ ਸਟਾਰਟ ਕੀਤਾ ਗਿਆ ਅਤੇ ਜੋ ਮੇਨ ਕਰਤਾ ਕਰਤਾ ਨੇ ਕਿੰਨਾ ਨੇ ਸਟਾਰਟ ਕੀਤਾ ਉਹ ਬੜਾ ਇੰਪੋਰਟੈਂਟ ਹੈ ਦੋ ਤੋਂ ਤਿੰਨ ਵਾਰ ਆਪਾਂ ਨੂੰ ਪੇਪਰ ਦੇ ਵਿੱਚ ਕੁਐਸਚਨ ਆ ਚੁੱਕਾ ਜੀ ਇਹ ਦੋ ਤੋਂ ਤਿੰਨ ਵਾਰ ਤਦ ਤੁਸੀਂ ਨਾਮ ਯਾਦ ਰੱਖਣਾ ਸੁੰਦਰ ਲਾਲ ਬਹੂਗੁਣਾ ਠੀਕ ਹੈ ਸੁੰਦਰ ਲਾਲ ਬਹੂਗੁਣਾ ਇਹ ਨਾਮ ਯਾਦ ਰੱਖਣਾ ਇਹ ਇਹਨਾਂ ਦੀ ਫੋਟੋ ਹੈ ਫੋਟੋ ਦੇਖ ਕੇ ਤੁਹਾਨੂੰ ਜਿਹੜਾ ਹੈਗਾ ਥੋੜਾ ਪਰਮਨੈਂਟਲੀ ਯਾਦ ਹੋ ਜਾਊਗਾ ਕਿ ਸੁੰਦਰ ਲਾਲ ਬਹੂਗੁਣਾ ਨੇ ਇਹ ਵਾਲਾ ਅੰਦੋਲਨ ਸਟਾਰਟ ਕੀਤਾ ਬਹੁਤ ਲੋਕ ਇਹਨਾਂ ਨੇ ਜੋੜੇ ਤੇ ਜੋ ਫੋਰੈਸਟ ਸੀ ਆਪਣੇ ਜੰਗਲ ਸੀਗੇ ਠੀਕ ਹੈ ਸਪੈਸ਼ਲੀ ਹਿਮਾਲਿਆ ਦੇ ਜੀ ਠੀਕ ਹੈ ਸਪੈਸ਼ਲੀ ਹਿਮਾਲਿਆ ਦੇ ਠੀਕ ਹੈ ਜੋ ਜੰਗਲ ਸੀਗੇ ਹਿਮਾਲਿਆ ਦੇ ਜੋ ਜੰਗਲ ਸੀਗੇ ਉਹਨਾਂ ਨੂੰ ਬਚਾਉਣ ਲਈ ਆਪਣੇ ਜੀਵਨ ਦਾ ਬਹੁਤ ਵੱਡਾ ਹਿੱਸਾ ਇਹਨਾਂ ਨੇ ਕੁਰਬਾਨ ਕਰਤਾ ਜਿਨ੍ਹਾਂ ਦਾ ਨਾਮ ਸੀਗਾ ਸੁੰਦਰ ਲਾਲ ਬਹੂਗਣਾ ਠੀਕ ਹੈ ਇਸ ਤੋਂ ਇਲਾਵਾ ਇਹਨਾਂ ਦੇ ਨਾਲ ਇੱਕ ਹੋਰ ਵੀ ਸੀ ਹਾਲਾਂਕਿ ਉਹਨਾਂ ਦਾ ਜ਼ਿਕਰ ਘੱਟ ਹੁੰਦਾ ਜੀ ਚਾਂਦੀ ਚਾਂਦੀ ਪ੍ਰਸ਼ਾਦ ਤੇ ਲਿਖ ਲਓ ਮੈਂ ਲਿਖ ਦਿੰਦਾ ਇਹ ਵਰ ਪੇਪਰ ਦੇ ਵਿੱਚ ਪਤਾ ਨਹੀਂ ਕੁਝ ਬਦਲ ਕੇ ਆ ਜੇ ਚਾਂਦੀ ਪ੍ਰਸ਼ਾਦ ਪਟ ਵੀ ਇਹਨਾਂ ਦੇ ਨਾਲ ਸੀਗੇ ਠੀਕ ਹੈ ਜਿਨ੍ਹਾਂ ਦਾ ਵੀ ਜ਼ਿਕਰ ਅਕਸਰ ਹੀ ਹੁੰਦਾ ਹੈਗਾ ਜਦੋਂ ਚਿਪਕੋ ਮੂਵਮੈਂਟ ਦੀ ਗੱਲ ਹੁੰਦੀ ਹੈ ਸੋ ਅਗਰ ਤੁਹਾਨੂੰ ਆਪਸ਼ਨ ਦੇ ਵਿੱਚ ਦੋ ਚੀਜ਼ਾਂ ਦਿੱਤੀਆਂ ਨੇ ਸੁੰਦਰ ਲਾਲ ਜੀ ਵੀ ਦੇਤੇ ਤੇ ਚਾਂਦੀ ਪ੍ਰਸ਼ਾਦ ਪੱਟ ਵੀ ਦੇਤੇ ਤਾਂ ਤੁਸੀਂ ਸੁੰਦਰ ਲਾਲ ਬਹੂਗੁਣਾ ਨੂੰ ਚੁਣਨਾ ਹੈਗਾ ਅਗਰ ਦੋਨਾਂ ਦੇ ਵਿੱਚੋਂ ਇੱਕੋ ਹੀ ਦਿੱਤਾ ਹੋਇਆ ਕਿ ਕਿੰਨਾ ਨੇ ਸਟਾਰਟ ਕੀਤਾ ਹੈਗਾ ਮਤਲਬ ਤਾਂ ਉਥੇ ਸਭ ਤੋਂ ਜ਼ਿਆਦਾ ਜੋ ਪ੍ਰਾਇੋਰਟੀ ਆਪਾਂ ਦੇਣੀ ਹੈ ਪੇਪਰ ਤੇ ਲਈ ਉਹ ਦੇਣੀ ਹੈ ਜੀ ਸੁੰਦਰ ਲਾਲ ਬਹੂਗੁਣਾ ਨੂੰ ਸੋ ਹੋਪਫੁਲੀ ਤੁਹਾਨੂੰ ਚਿਪਕੋ ਮੂਵਮੈਂਟ ਸਮਝ ਆ ਗਿਆ ਹੋਣਾ ਚਿਪਕੋ ਅੰਦੋਲਨ ਸਮਝ ਆ ਗਿਆ ਹੋਣਾ ਹਾਂਜੀ ਕੁਝ ਕੁਐਸਚਨ ਕਰਦੇ ਹਾਂ ਫਰਸਟ ਕੁਐਸਚਨ ਵਿੱਚ ਐਟਮੋਸਫੀਅਰ ਕਲੀਅਰ ਇਜ਼ ਕਲੋਜ਼ੇਸਟ ਟੂ ਦਾ ਅਰਥ ਸਰਫੇਸ ਕਹਿੰਦੇ ਬਾਜੂ ਮੰਡਲ ਦੀ ਕਿਹੜੀ ਪਰ ਧਰਤੀ ਦੇ ਤਲ ਦੇ ਸਭ ਤੋਂ ਨਜ਼ਦੀਕ ਹੈ ਬਾਜੂ ਮੰਡਲ ਦੀਆਂ ਕਈ ਪਰਤਾਂ ਨੇ ਆਪਾਂ ਪੜੀਆਂ ਨੇ ਤਾਂ ਕਿਹੜੀ ਪਰ ਧਰਤੀ ਦੇ ਬਿਲਕੁਲ ਨੇੜੇ ਆਪਾਂ ਹੁਣੀ ਪੜਿਆ ਜੋ ਸਭ ਤੋਂ ਪਹਿਲੀ ਪਰਤ ਹੋਏਗੀ ਤੇ ਸਭ ਤੋਂ ਪਹਿਲੀ ਪਰਤ ਦਾ ਨਾਮ ਹੈ ਜੀ ਟ੍ਰੋਪੋਸਫੀਅਰ ਸੋ ਦਾ ਆਪਸ਼ਨ ਏ ਇਜ਼ ਦਾ ਕਰੈਕਟ ਫਾਰ ਕੁਐਸਚਨ ਨੰਬਰ 1 ਹਾਂਜੀ ਕੁਐਸਚਨ ਨੰਬਰ 2 ਦੇਖ ਲੈਣੇ ਆ ਜੋ ਤੁਹਾਨੂੰ ਮੈਂ ਟ੍ਰੋਪੋਸਫੀਅਰ ਵਾਲਾ ਪਹਿਲਾ ਕੁਐਸਚਨ ਕਰਵਾਇਆ ਯਾਦ ਰੱਖਿਓ ਕਿ ਉਹ ਵੀ ਤਿੰਨ ਵਾਰ ਕੱਟੂਕ ਰਿਪੀਟ ਹੋ ਚੁੱਕਾ ਹੈ ਪੇਪਰ ਦੇ ਵਿੱਚ ਠੀਕ ਹੈ ਟ੍ਰੋਪੋਸਫੀਅਰ ਵਾਲਾ ਕਿ ਪਹਿਲੀ ਪਰਤ ਕਿਹੜੀ ਹੈ ਧਰਤੀ ਦੇ ਨਾਲ ਲੱਗਦੀ ਸੋ ਹੁਣ ਮੈਚਿੰਗ ਕਰਨੀ ਹੈ ਮਿਲਾਨ ਕਰਨਾ ਜੀ ਸਭ ਤੋਂ ਪਹਿਲਾਂ ਕੀ ਦਿੱਤਾ ਹੋਇਆ ਦੇਖੋ ਬਾਇਓਸਫੀਅਰ ਫਿਰ ਹਾਈਡਰੋ ਫਿਰ এনਵਾਇਰਨਮੈਂਟ ਫਿਰ ਲੀਥੋਸਫੀਅਰ ਬੜਾ ਵਧੀਆ ਕੁਐਸਚਨ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਤੁਹਾਨੂੰ ਇੱਥੇ ਹੁਣ ਦੇਖਦੇ ਹਾਂ ਸਭ ਤੋਂ ਪਹਿਲਾਂ ਬਾਇਓਸਫੀਅਰ ਹੈਨਾ ਖ ਸਭ ਤੋਂ ਪਹਿਲਾਂ ਤਾਂ ਉਹ ਦੇਖੋ ਜੋ ਤੁਹਾਨੂੰ ਆਉਂਦਾਗਾ ਠੀਕ ਹੈ ਜੀ ਜੋ ਤੁਹਾਨੂੰ ਆਉਂਦਾਗਾ ਸਭ ਤੋਂ ਪਹਿਲਾਂ ਤਾਂ ਉਹ ਚੱਕਣਾ ਇਦਾਂ ਦੇ ਕੁਐਸਚਨ ਦੇ ਵਿੱਚ ਤਾਂ نیچے ਆਪਾਂ ਦੇਖਣਾ ਏ ਬੀ ਸੀ ਡੀ ਕੀ ਆਊਗਾ ਸਭ ਤੋਂ ਪਹਿਲਾਂ ਤਾਂ এনਵਾਇਰਨਮੈਂਟ ਦੀ ਗੱਲ ਕਰਦੇ ਹਾਂ ਨਾ ਸਿੰਪਲ ਜੀ ਗੱਲ ਹੈ এনਵਾਇਰਨਮੈਂਟ ਦੀ ਗੱਲ ਕਰਾਂਗੇ ਤਾਂ ਮੇਰੇ ਖਿਆਲ ਨਾਲ ਆ ਜਿਆਦਾ ਬੈਟਰ ਹੋਊਗਾ এনਵਾਇਰਨਮੈਂਟ ਹੁੰਦਾ ਕੀ ਹੈ ਨਾਲੇ ਤੁਹਾਨੂੰ ਪਰਿਭਾਸ਼ਾ ਦਾ ਆਈਡੀਆ ਹੋ ਜਾਊਗਾ ਸੋ এনਵਾਇਰਨਮੈਂਟ ਕੀ ਹੈ ਜੀ ਆ এনਵਾਇਰਨਮੈਂਟ ਆਪਣਾ ਜਿਹੜਾ ਹੈਗਾ ਉਹ ਆਪਸ਼ਨ ਏ ਦੇ ਨਾਲ ਮੈਚ ਹੋਣਾਗਾ ਧਿਆਨ ਨਾਲ ਨੋਟ ਕਰੋ ਧਰਤੀ ਦੇ ਦੁਆਲੇ ਹਵਾ ਦਾ ਕੰਬਲ ਠੀਕ ਹੈ এনवायरमेंट ਕੀ ਹੈ ਧਰਤੀ ਦੇ ਆਲੇ ਦੁਆਲੇ ਹਵਾ ਦਾ ਕੰਬਲ ਜਿਆਦਾਤਰ ਉਹਦੇ ਨਾਲ ਮੈਚ ਹੋਣਾ ਸਾਰੀਆਂ ਆਪਸ਼ਨ ਨੂੰ ਦੇਖਦੇ ਹੋਏ ਠੀਕ ਹੈ ਕਿ ਕਾਦੇ ਨਾਲ ਕੀ ਮੈਚ ਹੋਣਾਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹਾਈਡਰੋਸਫੀਅਰ ਦੀ ਦੇਖੋ ਹਾਈਡਰੋਸਫੀਅਰ ਕੀ ਹੈ ਹਾਈ드로 ਦਾ ਮਤਲਬ ਹੁੰਦਾ ਜੀ ਪਾਣੀ ਹਾਈ드로 ਦਾ ਮਤਲਬ ਹੁੰਦਾ ਪਾਣੀ ਸੋ ਹਾਈਡਰੋਸਫੀਅਰ ਸਿੱਧਾ ਬੀ ਨਾਲ ਜੁੜੂਗਾ ਦੂਜੇ ਦਾ ਆਨਸਰ ਆਊਗਾ ਬੀ ਡੋਮੇਨ ਆਫ ਵਾਟਰ ਪਾਣੀ ਦੀ ਡੋਮੇਨ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਲੀਥੋਸਫੀਅਰ ਦੀ ਤਾਂ ਲੀਥੋਸਫੀਅਰ ਦੇਖੋ ਕੀ ਹੁੰਦਾ ਆਪਾਂ ਪੜਿਆ ਨਾ ਆਪਣੀ ਧਰਤੀ ਇਦਾਂ ਕੀ ਸ਼ਾਇਦ 15ਵੇਂ ਪਾਠ 'ਚ ਆਪਾਂ ਪੜਿਆ ਤਾਂ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਬੋਲਦੇ ਆ ਕਰਸਟ ਉਸ ਤੋਂ ਨੀਚੇ ਵਾਲੀ ਨੂੰ ਮੈਂਟਲ ਫਿਰ ਆਊਟਰ ਕੋਰ ਫਿਰ ਇਨਰ ਕੋਰ ਇਦਾਂ ਆਪਾਂ ਸਾਰਾ ਕੁਝ ਪੜਿਆ ਹੋਇਆ ਤਾਂ ਲੀਥੋਸਫੀਅਰ ਕੀ ਹੁੰਦਾਗਾ ਤਾਂ ਲੀਥੋਸਫੀਅਰ ਹੁੰਦੀ ਹੈ ਜੀ ਸਾਡੀ ਸੋਲਿਡ ਕਰਸਟ ਔਰ ਦਾ ਹਾਰਡ ਲੇਅਰ ਟਾਪ ਲੇਅਰ ਆਫ ਦਾ ਅਰਥ ਸੋ ਇਹ ਆਊਗਾ ਸਾਡਾ ਲੀਥੋਸਫੀਅਰ ਦਾ ਆਊਗਾ ਆਪਣਾ ਸੀ ਸਖਸ਼ਾਲੇ ਜਿਹਾ ਧਰਤੀ ਦੀ ਸਖਤ ਝੋਟੀ ਮਤਲਬ ਕ੍ਰਸਟ ਤੇ ਮੈਂਟਲ ਦਾ ਕੁਝ ਹਿੱਸਾ ਮਿਲਾ ਕੇ ਅਸੀਂ ਕੀ ਬੋਲਾਂਗੇ ਲੀਥੋਸਫੀਅਰ ਇਦਾਂ ਸਮਝੋ ਆ ਜੋ ਧਰਤੀ ਦੀ ਪੇਪੜੀ ਐ ਕ੍ਰਸਟ ਐ ਤੇ ਮੈਂਟਲ ਐ ਤੇ ਕ੍ਰਸਟ ਦਾ ਪੂਰੀ ਹੋ ਗਈ ਮੈਂਟਲ ਦਾ ਕੁਝ ਹਿੱਸਾ ਮਿਲਾ ਕੇ ਅਸੀਂ ਉਹਨੂੰ ਬੋਲਾਂਗੇ ਲੀਥੋਸਫੀਅਰ ਸੋ ਹੁੰਦਾ ਇਕਯੂ ਬਚਿਆ ਆਪਣਾ ਬਾਇਓਸਫੀਅਰ ਠੀਕ ਐ ਬਾਇਓਸਫੀਅਰ ਤਾਂ ਬਾਇਓਸਫੀਅਰ ਕਾ ਦੇ ਨਾਲ ਮੈਚ ਹੋਊਗਾ ਜੀ ਅਲੀਸ਼ਨ ਬਿਟਵੀਨ ਦਾ ਆਰਗਨਿਜ਼ਮ ਐਂਡ ਥੇਅਰ ਸਰਾਊਂਡਿੰਗ ਜੀਵ ਅਤੇ ਉਹਨਾਂ ਦੇ ਆਲੇ-ਦੁਆਲੇ ਦੇ ਸਬੰਧ ਨੂੰ ਅਸੀਂ ਕੀ ਬੋਲਾਂਗੇ ਬਾਇਓਸਫੀਅਰ ਉਨੇ ਸਾਰੇ ਦੇ ਸਾਰੇ ਆਪਸ਼ਨ ਤੁਸੀਂ ਮੈਚ ਕਰ ਲਓ ਕਿੱਥੇ ਨੇ ਉਹੀ ਤੁਹਾਡਾ ਕਰੈਕਟ ਆਨਸਰ ਹੋਏਗਾ ਹਾਂਜੀ ਸੋ ਪਹਿਲੇ ਦਾ ਆਪਾਂ ਦੇਖੋ ਕੀ ਲਾਇਆ ਡੀ ਲਾਇਆ ਦੂਜੇ ਦਾ ਬੀ ਹੈ ਠੀਕ ਹੈ ਇੱਥੇ ਹੈ ਜੀ ਬੀ ਪਹਿਲੇ ਦਾ ਡੀ ਦੂਜੇ ਦਾ ਬੀ ਅ ਤੀਸਰੇ ਦਾ ਆਪਣਾ ਆਇਆ এনवायरमेंट ਦਾ ਏ ਚੌਥੇ ਦਾ ਆਪਣਾ ਆਇਆ ਸੀ ਸੋ ਪਹਿਲੀ ਆਪਸ਼ਨ ਆਪ ਨੂੰ ਸਹੀ ਲੱਗ ਰਹੀ ਹੈ ਸੋ ਆਪਸ਼ਨ ਏ ਇਜ਼ ਦਾ ਕਰੈਕਟ ਪਰ ਇੱਥੇ ਸ਼ਾਇਦ ਮੈਂ ਇੱਕ ਗਲਤੀ ਨੋਟ ਕੀਤੀ ਹੈ ਕਿਉਂਕਿ ਮੈਂ ਪ੍ਰਿਪੇਅਰ ਦੀ ਹੀ ਇਹ ਕੁਐਸਚਨ ਲਿਆ ਹੋਇਆ ਹੈ ਡਾਇਰੈਕਟ ਆਈ ਥਿੰਕ ਮੈਨੂੰ ਲੱਗਦਾ ਮੇਰੇ ਅਕੋਰਡਿੰਗ ਲੱਗਦਾ ਜਿੱਥੇ ਇਹਨਾਂ ਨੇ এনवायरमेंट ਲਿਖਿਆ ਨਾ ਤਾਂ ਇੱਥੇ ਮੇਬੀ ਇਹਨਾਂ ਨੂੰ ਐਟਮੋਸਫੀਅਰ ਲਿਖਣਾ ਚਾਹੀਦਾ ਸੀ ਬਾਜੂ ਮੰਡਲ ਲਿਖਣਾ ਚਾਹੀਦਾ ਸੀ ਕਿਉਂਕਿ ਧਰਤੀ ਦੇ ਆਲੇ ਦੁਆਲੇ ਜੋ ਹਵਾ ਦਾ ਕੰਬਲ ਹੈ ਨਾ ਉਹਨੂੰ ਬੇਸਿਕਲੀ ਅਸੀਂ ਕੀ ਬੋਲਦੇ ਹਾਂ ਐਟਮੋਸਫੀਅਰ ਹੀ ਬੋਲਦੇ ਹਾਂ ਆ ਬਾਜੂ ਮੰਡਲ ਹੀ ਬੋਲਦੇ ਹਾਂ ਮੇਬੀ ਥੋੜਾ ਹੋ ਸਕਦਾ ਹੈ ਬਟ ਕਿਉਂਕਿ ਆਪਾਂ ਫਿਰ ਆਪਸ਼ਨ ਦੇ ਅਕੋਰਡਿੰਗ ਹੀ ਦੇਖਣਾ ਆਪਾਂ ਉੱਥੇ ਜ਼ਿਆਦਾ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਕੁਐਸਚਨ ਦੇ ਵਿੱਚ ਤਾਂ এনवायरमेंट ਦਾ ਬਾਕੀ ਜ਼ਿਆਦਾ ਸਹੀ ਆਨਸਰ ਨਹੀਂ ਬਣਦਾ ਕੋਈ ਵੀ এনवायरमेंट ਅ এনवायरमेंट ਵਾਲੇ ਕੇਸ ਦੇ ਵਿੱਚ ਪਰ ਮੇਰੇ ਮੈਨੂੰ ਲੱਗਦਾ ਇਥੇ ਐਟਮੋਸਫੀਅਰ ਹੋਣਾ ਚਾਹੀਦਾ ਸੀਗਾ ਪਰ ਕੁਐਸਚਨ ਆਲਓਵਰ ਵਧੀਆ ਸੀਗਾ ਇਦਾਂ ਦੇ ਮੈਚਿੰਗ ਵਾਲੇ ਕੁਐਸਚਨ ਬੜੇ ਇੰਪੋਰਟੈਂਟ ਰਹਿਣਗੇ ਤੁਹਾਡੇ ਲਈ ਖਾਸ ਕਰਕੇ এনवायरमेंट ਦੇ ਵਿੱਚੋਂ ਹਾਂਜੀ ਨੈਕਸਟ ਆਪਾਂ ਗੱਲ ਕਰਾਂਗੇ 3rd ਕੁਐਸਚਨ ਦੀ ਬੜਾ ਇੰਪੋਰਟੈਂਟ ਕੁਐਸਚਨ ਹੈ ਵੀ ਵਰਡ ਅਜੂਨ ਡੇ ਸੈਲੀਬ੍ਰੇਟਡ ਐਵਰੀਅਰ ਔਨ ਕਹਿੰਦੇ ਵਿਸ਼ਵ ਅਜੂਨ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਆਪਸ਼ਨ ਦੇਖੋ ਸਪਟੰਬਰ 5 ਨੂੰ ਸੈਪਟੈਂਬਰ 16 ਅਕਤੂਬਰ 15 ਤੇ ਜੂਨ 5 ਦੇਖੋ 5 ਜੂਨ ਦਾ ਬੜਾ ਇੰਪੋਰਟੈਂਟ ਹੈ 5 ਜੂਨ ਨੂੰ ਤਾਂ ਆਪਣਾ ਹੁੰਦਾ ਜੀ ਵਰਲਡ এনवायरमेंट ਡੇ ਠੀਕ ਹੈ ਯਾਦ ਰੱਖਣਾ ਭੁੱਲਣਾ ਨਹੀਂ ਵਿਸ਼ਵ ਵਾਤਾਵਰਣ ਦਿਵਸ ਵਰਲਡ এনवायरमेंट ਡੇ এনवायरमेंट ਇਹਦੇ ਵਿੱਚੋਂ ਤਾਂ ਕੁਐਸਚਨ ਬਣਨਾ ਤੈ ਹੀ ਹੁੰਦਾਗਾ ਇੱਕ ਨਾ ਇੱਕ ਕਿਦਾਂ ਦਾ ਵਰਲਡ এনवायरमेंट ਡੇ ਸੋ ਆਪਣੇ ਦੋ ਕੁਐਸਚਨ ਕਵਰ ਹੋ ਜਾਣਗੇ ਉਹ ਕਦੋਂ ਹੁੰਦਾ ਜੀ 5 ਜੂਨ ਨੂੰ ਹੁਣ ਇਹਨਾਂ ਨੇ ਪੁੱਛਿਆ ਅਜੋਨ ਦਾ ਸੋ ओजोन ਆਦੀਪਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਤਾਂ ਉੱਥੇ ਆਪਣਾ ਰਾਈਟ ਆਨਸਰ ਆਊਗਾ অপਸ਼ਨ B 16 ਸੈਪਟੰਬਰ ਨੂੰ ਹਰ ਸਾਲ ਜਿਹੜਾ ਹੈਗਾ ਉਹ ਵਿਸ਼ਬ ओजोन ਦਿਵਸ ਮਨਾਇਆ ਜਾਂਦਾ ਹੈ ਅ ਮਤਲਬ ਅਵੇਅਰ ਕੀਤਾ ਜਾਂਦਾ ਸਾਰਿਆਂ ਨੂੰ ओजोन ਪਰ ਦੀ ਇੰਪੋਰਟੈਂਸ ਬਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਅਤੇ ਇਸ ਨੂੰ ਬਚਾਉਣ ਲਈ ਨਵੇਂ-ਨਵੇਂ ਜੋ ਹੈਗੇ ਨੇ ਉਹ ਉਪਰਾਲੇ ਚੁੱਕਦਮ ਹੈ ਹੋ ਚੁੱਕੇ ਜਾਂਦੇ ਨੇ ਹਾਂਜੀ ਨੈਕਸਟ ਆਪਾਂ ਕੁਐਸਚਨ ਨੰਬਰ 4 ਵੇਖ ਲੈਣੇ ਆ ਵੀ ओजोन ਨਾਲ ਹੀ ਰਿਲੇਟਡ ਹੈ ਕਹਿੰਦੇ ਵਾਈ ਵਰਡ ओजोन डे वाज़ सेलिब्रेटेड ਸੈਪਟੈਂਬਰ 16 ਐਵਰੀ ইয়ার ਵਰਡ ਹੈ ਵਰਡ ওভার ਕਹਿੰਦੇ ਇਹ ਬਿਸ਼ਪ ओजोन ਦੀਪ ਸਰਸਾਲ ਦੁਨੀਆ ਭਰ ਵਿੱਚ 16 ਸੈਪਟੈਂਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਹੁਣ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਮਨਾਇਆ ਜਾਂਦਾ ਹੈ ਕਿ 16 ਸੈਪਟੈਂਬਰ ਨੂੰ ਮਨਾਇਆ ਜਾਂਦਾ ਹੈ ਬਟ ਕਿਉਂ ਮਨਾਇਆ ਜਾਂਦਾ ਹੈ ਹੁਣ ਆਪਾਂ ਉਹ ਦੱਸਣਾਗਾ ਸੋ ਇਹਦੇ ਕਈ ਆਪਸ਼ਨ ਨੇ ਜੀ ਸਭ ਤੋਂ ਡੀ ਆਪਸ਼ਨ ਤੋਂ ਆਪਾਂ ਚੱਲਦੇ ਹਾਂ ਕਿ ओजोन होल ਵਾਸ ਡਿਸਕਵਰਡ ਬਾਈ ਸਾਇੰਟਿਸਟ ਔਨ 16 ਸੈਪਟੈਂਬਰ ਕਹਿੰਦੇ ਜੋ ओजोन ਦੇ ਵਿੱਚ ਜੋ ਦੀ ਪਰਤ ਦੇ ਵਿੱਚ ਛੇਦ ਹੋ ਰਹੇ ਆ 홀 ਹੋ ਰਹੇ ਆ ਉਹਨਾਂ ਨੂੰ ਅਭਗਿਆਨੀਆਂ ਨੇ 16 ਸਤੰਬਰ ਨੂੰ ਦੇਖਿਆ ਸੀ ਤਾਂ ਕਰਕੇ ਅੱਗੇ ओजोन लेयर ਵਾਸ ਡਿਸਕਵਰਡ ਬਾਈ ਸਾਇੰਟਿਸਟ ਔਨ 16 ਸਤੰਬਰ ਕਹਿੰਦੇ ओजोन लेयर ਨੂੰ ਡਿਸਕਵਰ ਕੀਤਾ ਸੀ 16 ਤਰੀਕ ਨੂੰ ਤਾਂ ਕਰਕੇ ਅ ਅੱਗੇ ਹੈਗਾ ਜੀ ਕਵੈਟੋ ਪ੍ਰੋਟੋਕੋਲ ਵਾਸ ਸਾਈਨਡ 16 ਸਤੰਬਰ ਇਹ ਪ੍ਰੋਟੋਕੋਲ ਹੈ ਇਹ ਕਹਿੰਦੇ 16 ਸਤੰਬਰ ਨੂੰ ਸਾਈਨ ਕੀਤਾ ਜਾਂ ਫਿਰ ਮਾਂਟਰੀਅਲ ਪ੍ਰੋਟੋਕੋਲ ਹੈ ਜਿਹੜਾ ਉਹ 16 ਸਤੰਬਰ ਨੂੰ ਉਹ ਸਾਈਨ ਕੀਤਾ ਸੋ ਕੀ ਕਾਰਨ ਹੈ ਇਹਦਾ ਹੈਨਾ ਸਭ ਬਹੁਤ ਹੀ ਆਪਣੀ ਜੋ ਸੀ ਜਾਂ ਡੀ ਚੱਕ ਲੈਂਦੇ ਨੇ ਅਨਸਰ ਦੇ ਵਿੱਚ ਪਰ ਉਹ ਸਹੀ ਅਨਸਰ ਨਹੀਂ ਹੈਗਾ ਜੀ ਇਹਦਾ ਅਨਸਰ ਹੈਗਾਗਾ অপਸ਼ਨ ਏ ਮਾਂਟਰੀਅਲ ਪ੍ਰੋਟੋਕੋਲ ਜਿਹੜਾ ਹੈਗਾਗਾ ਉਹ ਸਾਈਨ ਕੀਤਾ ਸੀ 16 ਸਤੰਬਰ ਨੂੰ ਸੋ ਇੱਕ ਤਰ੍ਹਾਂ ਦਾ ਪ੍ਰੋਟੋਕੋਲ ਹੁੰਦਾਗਾ ਜਿਸ ਦੇ ਤਹਿਤ ਕੀ ਹੁੰਦਾ ਜੀ ਕਿ ਜੋ ਵੀ ਇੱਕ ਇਕਰ ਇੱਕ ਦਾ ਇੰਟਰਨੈਸ਼ਨਲ ਜਿਹੜਾ ਹੈਗਾ ਪ੍ਰੋਟੋਕੋਲ ਹੁੰਦਾ ਮਤਲਬ ਇੰਟਰਨੈਸ਼ਨਲ ਲੈਵਲ ਦਾ ਹੁੰਦਾ ਠੀਕ ਹੈ ਜਿਸ ਦੇ ਵਿੱਚ ਸਾਈਨ ਕੀਤੇ ਜਾਂਦੇ ਨੇ ਅਤੇ ਕੀ ਇਹਦੇ ਵਿੱਚ ਹੁੰਦਾਗਾ ਕਿ ਓਡੀਅਸ ਦੀ ਵਰਤੋਂ ਘਟਾਓ ਜੀ ਠੀਕ ਹੈ ਇਹਦੇ ਵਿੱਚ ਇਹ ਗੱਲ ਮੇਨ ਹੁੰਦੀ ਹੈ ਕਿ ਓਡੀਅਸ ਦੀ ਵਰਤੋਂ ਉਹਦੀ ਪ੍ਰੋਡਕਸ਼ਨ ਠੀਕ ਹੈ ਓਡੀਅਸ ਦੀ ਪ੍ਰੋਡਕਸ਼ਨ ਪ੍ਰੋਡਕਸ਼ਨ ਮਤਲਬ ਪੈਦਾਵਾਰ ਠੀਕ ਹੈ ਅਤੇ ਯੂਜ਼ ਓਡੀਅਸ ਦੀ ਪ੍ਰੋਡਕਸ਼ਨ ਅਤੇ ਯੂਜ਼ ਤੇ ਉਹਦੀ ਵਰਤੋਂ ਨੂੰ ਘਟਾਓ ਹੁਣ ਓਡੀਅਸ ਕੀ ਹੁੰਦਾ ਓ ਫॉर ਓਜ਼ੋਨ ਓਜ਼ੋਨ ਡੀ ਫॉर ਡਿਪਲੀਟਿੰਗ ਡਿਪਲੀਟਿੰਗ ਓਜ਼ੋਨ ਡਿਪਲੀਟਿੰਗ ਐਸ ਫॉर ਸਬਸਟੈਂਸਸ ਐਸ ਫॉर ਸਬਸਟੈਂਸਸ ਸੋ ਇਹ ਕੀ ਬਣ ਗਿਆ ओਜ਼ੋਨ ਡਿਪਲੀਟਿੰਗ ਸਬਸਟੈਂਸਸ ਮਤਲਬ ਓ ਵਾਲੀਆਂ ਵਸਤੂਆਂ ਸਬਸਟੈਂਸਸ ਦਾ ਮਤਲਬ ਵਸਤੂਆਂ ਜਿਹੜੀਆਂ ਓਜ਼ੋਨ ਨੂੰ ਡਿਪਲੀਟ ਕਰ ਰਹੀਆਂ ਨੇ ਡਿਪਲੀਟ ਦਾ ਮਤਲਬ ਹੁੰਦਾ ਜੀ ਨਸ਼ਟ ਕਰ ਰਹੀਆਂ ਨੇ ਜਿਹੜੀਆਂ ਓਜ਼ੋਨ ਦੀ ਪਰਤ ਨੂੰ ਨਸ਼ਟ ਕਰ ਰਹੀਆਂ ਨੇ ਓ ਵਾਲੀਆਂ ਵਰਤੋਂ ਓ ਵਾਲੀਆਂ ਵਸਤੂਆਂ ਦੀ ਪ੍ਰੋਡਕਸ਼ਨ ਉਹਨਾਂ ਦੀ ਪੈਦਾਵਾਰ ਅਤੇ ਯੂਜ਼ ਨੂੰ ਘਟਾਓ ਠੀਕ ਹੈ ਸੋ ਇਹ ਮੇਨ ਇਹਦਾ ਮਕਸਦ ਹੈ ਕਿਹੜੇ ਪ੍ਰੋਟੋਕਾਲ ਦਾ ਮੰਟਰੀਅਲ ਪ੍ਰੋਟੋਕਾਲ ਦਾ ਸੋ ਹੋਪਫੁਲੀ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹਾਂਜੀ ਇੱਕ ਜੋ ਅੱਗੇ ਆ ਗਿਆ ਕਿਓਟੋ ਕਿਓਟੋ ਪ੍ਰੋਟੋਕੋਲ ਹੈ ਨਾ ਇਹਦਾ ਵੀ ਮੈਂ ਥੋੜਾ ਜਿਹਾ ਦੱਸ ਦਿਆਂ ਤੁਹਾਨੂੰ ਇਹ ਵੀ ਵਾਤਾਵਰਣ ਨਾਲ ਹੀ ਰਿਲੇਟਡ ਹੁੰਦਾ ਹੈ ਪਹਿਲੀ ਗੱਲ ਤੇ ਸਮਝੋ ਪਰ ਇਹ ਕਾਦੇ ਨਾਲ ਹੁੰਦਾ ਜੀ ਗ੍ਰੀਨ ਹਾਊਸ ਗੈਸਸੇਸ ਦੇ ਨਾਲ ਰਿਲੇਟਡ ਇਹਦੇ ਵਿੱਚ ਕਾਦੇ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਗ੍ਰੀਨ ਹਾਊਸ ਗੈਸਸ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਵਰਤੋਂ ਅਤੇ ਉਹਨਾਂ ਦੇ ਯੂਜ਼ ਤੋਂ ਉਹਨਾਂ ਦੀ ਪੈਦਾਵਾਰ ਤੇ ਉਹਨਾਂ ਦੀ ਯੂਜ਼ ਥੋੜੀ ਘਟਾਓ ਠੀਕ ਹੈ ਉਹ ਵੀ ਕਿਉਂਕਿ ਗ੍ਰੀਨ ਹਾਊਸ ਗੈਸਸ ਜੇ ਵਧਣਗੀਆਂ ਤਾਂ ਗਲੋਬਲ ਵਾਰਮਿੰਗ ਹੋਊਗੀ ਸੋ ਗ੍ਰੀਨ ਹਾਊਸ ਗੈਸਸ ਕਿਹੜੀਆਂ ਹੁੰਦੀਆਂ ਨੇ ਗ੍ਰੀਨ ਹਾਊਸ ਅਫੈਕਟ ਕਿਹੜਾ ਹੁੰਦਾ ਗਲੋਬਲ ਵਾਰਮਿੰਗ ਕੀ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਦੀ ਗੱਲਾਂ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਮਤਲਬ ਪਾਰਟ ਨੰਬਰ 18 ਦੇ ਵਿੱਚ ਕਰਾਂਗੇ ਸੋ ਮੈਂਟਰੀਅਲ ਪ੍ਰੋਟੋਕਾਲ ਕਾਦੀ ਨਾਲ ਸੰਬੰਧਿਤ ਹੈ ਓਜ਼ੋਨ ਦੇ ਨਾਲ ਤੇ ਕਿਓਟੋ ਪ੍ਰੋਟੋਕਾਲ ਕਾਦੀ ਨਾਲ ਸੰਬੰਧਿਤ ਹੈ ਜੀ ਗ੍ਰੀਨ ਹਾਊਸ ਗੈਸਸ ਦੇ ਨਾਲ ਬਸ ਇਨਾਂ ਨੂੰ ਤੁਸੀਂ ਯਾਦ ਰੱਖਣਾਗਾ ਸੋ ਸੀ ਤੇ ਡੀ ਆਪਸ਼ਨ ਇੱਥੇ ਨਹੀਂ ਆਉਂਦੇ ਸੋ ਇਸ ਕੁਐਸਚਨ ਦਾ ਰਾਈਟ ਆਨਸਰ ਸੀਗਾ ਆਪਸ਼ਨ ਏ ਹਾਂਜੀ ਨੈਕਸਟ ਕਰਾਂਗੇ ਕੁਐਸਚਨ ਨੰਬਰ 5 ਸੋ ਇਸ ਕੁਐਸਚਨ ਨੂੰ ਕਰਨ ਤੋਂ ਪਹਿਲਾਂ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਕੁਝ ਤੁਹਾਨੂੰ ਯੂਸਫੁਲ ਮਿਲਦਾ ਪਿਆਗਾ ਠੀਕ ਹੈ ਤੁਹਾਡੀ ਸਟੱਡੀ 'ਚ ਕੁਝ ਬੈਨੀਫਿਟ ਹੋ ਰਹੀ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਦਿਓ ਐਂਡ ਇਸ ਫ੍ਰੀ ਐਜੂਕੇਸ਼ਨ ਨੂੰ ਕਾਈਂਡਲੀ ਕਿਰਪਾ ਕਰਕੇ ਵੱਧ ਤੋਂ ਵੱਧ ਗਰੁੱਪਸ ਦੇ ਵਿੱਚ ਆਪਣੇ ਸ਼ੇਅਰ ਕਰੋ ਵੱਧ ਤੋਂ ਵੱਧ ਸਾਥੀਆਂ ਤੱਕ ਜ਼ਰੂਰ ਸ਼ੇਅਰ ਕਰੋ ਸੋ ਕੁਐਸਚਨ ਨੰਬਰ 5th ਹੈ ਵੀ ਸ਼ੁੱਡ ਨਾਟ ਕੱਟ ਟਰੀਜ਼ ਇਨ ਆਰਡਰ ਟੂ ਪ੍ਰੀਵੈਂਟ ਦਿਸ ਦ ਚਿਪਕੋ ਮੂਵਮੈਂਟ ਵ ਤੋ ਤੁਹਾਨੂੰ ਕੁਐਸਚਨ ਇਹ ਵੀ ਆ ਸਕਦਾ ਚਿੰਗ ਚਿਪਕੋ ਮੂਵਮੈਂਟ ਕਾ ਦੇ ਨਾਲ ਲਿਟਰੇਸੀ ਵੀ ਦਰਕਤਾਂ ਨੂੰ ਕੱਟਣ ਨਹੀਂ ਦੇਣਾ ਉਹਦੇ ਨਾਲ ਰਿਲੇਟਡ ਸੀਗੀ ਸੋ ਇਹ ਕਿਨੇ ਸਟਾਰਟ ਕੀਤੀ ਇਹ ਸਾਰੀਆਂ ਤੁਹਾਡੇ ਕੋਲ ਆਪਸ਼ਨ ਨੇ A B C D ਇਹਦੇ ਵਿੱਚੋਂ ਮੈਨੂੰ ਤੁਸੀਂ ਹੁਣ ਆਪਣੇ ਆਪ ਦੱਸੋਗੇ ਕਿ ਕਿਹੜੀ ਰਾਈਟ ਆਪਸ਼ਨ ਹੈ ਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਉੱਤਰ ਦਿਓਗੇ ਕਿ ਕਿਹੜਾ ਜਿਹੜਾ ਹੈਗਾ ਰਾਈਟ ਆਨਸਰ ਆਏਗਾ ਅਗਰ ਤੁਸੀਂ ਚਾਹੋਗੇ ਅਗਲੀ ਵੀਡੀਓ ਬੜੀਆਂ ਫਾਸਟ ਤੁਹਾਡੇ ਲਈ ਅਪਲੋਡ ਹੋਣ ਤਾਂ ਜ਼ਰੂਰ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਦੱਸਣਾਗਾ ਕਿ ਇਹਦਾ ਕੀ ਆਨਸਰ ਆਏਗਾ ਅਗੇ ਮੈਨੂੰ ਵੀ ਪਤਾ ਲੱਗ ਗਿਆ ਕਿ ਕਿੰਨੇ ਸਟੂਡੈਂਟ ਜਿਹੜੇ ਹੈਗੇ ਨੇ ਉਹ ਵੀਡੀਓਜ਼ ਨੂੰ ਦੇਖ ਰਹੇ ਨੇ ਸੋ ਦੈਟਸ ਆਲ ਫॉर ਟੂਡੇ ਜੀ ਸੋ ਥੈਂਕ ਯੂ ਥੈਂਕ ਯੂ so much for listening